ਦਿਆਂ ਦੇ ਨਾਲ ਕਰੀਏ ਕੁਝ ਚੂਰ ਚੂਰ ਗੱਲਾਂ ਜ਼ਿੰਦਗੀ ਦੇ ਕਿੱਸੇ ਦੱਸਣ ਇਹ ਚੂਰ ਚੂਰ ਗੱਲਾਂ ਆਓ ਰਲ ਮਿਲ ਕਰੀਏ ਸਾਰੇ ਆਪਾਂ ਚੂਰ ਚੂਰ ਗੱਲਾਂ ਚੂਰ ਚੂਰ ਗੱਲਾਂ ਚੂਰ ਚੂਰ ਗੱਲਾਂ ਭਾਜੀ ਸੁਮਿਤ ਭਾਜੀ 15 ਮਿੰਟ ਹੋ ਗਏ ਲੋਕੇਸ਼ਨ ਭਾਜੀ ਲੱਭ ਹੀ ਨਹੀਂ ਰਹੀ ਭਾਜੀ ਕਿੱਥੇ ਹੈਗਾ ਹੈ ਪਹੁੰਚ ਗਿਆ ਇੱਕ ਮਿੰਟ ਹੋਰ ਇਹ ਕੀ ਯਾਰ ਇਹ ਕਿਹੜਾ ਪਿੰਡ ਹੈ ਪੂਰਨ ਸਿੰਘ ਕੁਲ ਮਿਲ ਗਿਆ ਭਾਜੀ ਪੂਰਨ ਸਿੰਘ ਕੁਲਚੇ ਵਾਲਾ ਠੀਕ ਹੈ ਮਿਲ ਗਿਆ ਥੈਂਕ ਯੂ ਭਾਜੀ ਥੈਂਕ ਯੂ ਅੱਛਾ ਇੱਥੇ ਹੈ ਸੋ ਦੋਸਤੋ ਨਮਸਕਾਰ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਜਸਵੰਤ ਸਿੰਘ ਰਾਠੌਰ ਲੈ ਕੇ ਪੇਸ਼ ਹਾਂ ਤਾਜ਼ਾ ਤਰੀਨ ਸ਼ੋਅ ਜਿਸ ਦਾ ਨਾਂ ਹੈ ਚੁਰ ਚੁਰ ਗੱਲਾਂ ਵਿਦ ਲੈਜੈਂਡਸ ਲੈਜੈਂਡਸ ਉਹ ਜਿਨ੍ਹਾਂ ਨੇ ਪੰਜਾਬੀ ਸਿਨੇਮਾ ਦੇ ਵਿੱਚ ਐਡਾ ਯੋਗਦਾਨ ਪਾਇਆ ਕਿ ਜਿਨ੍ਹਾਂ ਨੇ ਫਰਸ਼ ਤੋਂ ਲੈ ਕੇ ਅਰਸ਼ ਤੱਕ ਆਪਣਾ ਸਫ਼ਰ ਤੈਅ ਕੀਤਾ ਅਤੇ ਮੇਰੇ ਵਰਗੇ ਕਈ ਬੰਦਿਆਂ ਨੂੰ ਇੰਸਪਾਇਰ ਕੀਤਾ ਸਾਡਾ ਐਂਟਰਟੇਨ ਕੀਤਾ ਮੈਂ ਜੇ ਆਪਣੀ ਗੱਲ ਦੱਸਾਂ ਉਹਨਾਂ 'ਚੋਂ ਕਈ ਲੋਕਾਂ ਨੂੰ ਮੈਂ TV VCR 'ਚ ਦੇਖ ਕੇ ਖੁਸ਼ ਹੁੰਦਾ ਸੀ ਅਤੇ ਅੱਜ ਖੁਸ਼ੀ ਦੀ ਗੱਲ ਦੇਖੋ ਸਾਡੀ ਕੁਲਚੇ ਛੋਲੇ ਫਿਲਮ ਰਿਲੀਜ਼ ਹੋ ਰਹੀ ਹੈ ਜਿਹਨੂੰ ਦੇਖ ਕੇ ਤੁਸੀਂ ਖੁਸ਼ ਹੋਵੋਗੇ ਵੈਸੇ ਕੁਲਚੇ ਛੋਲੇ ਸੁਣਦੇ ਸਾਰ ਹੀ ਕੀ ਮੂੰਹ 'ਚ ਆਉਂਦਾ ਪਾਣੀ ਅਤੇ ਦਿਮਾਗ 'ਚ ਕੀ ਆਉਂਦਾ ਸਿਫਤੀ ਦਾ ਘਰ ਅੰਮ੍ਰਿਤਸਰ ਹੈ ਨਾ ਸਾਡੇ ਪੰਜਾਬ ਦੀ ਖਾਸ ਗੱਲ ਇਹ ਕਿ ਕੋਈ ਨਾ ਕੋਈ ਗੱਲ ਕਿਸੇ ਨਾਲ ਜੁੜੀ ਹੈ ਜਿਹਦੇ ਕਰਕੇ ਫੇਮਸ ਹੈ ਜਿਵੇਂ ਪੰਜਾਬ 'ਚ ਮਿੱਲਾਂ ਬੜੀਆਂ ਮਸ਼ਹੂਰ ਹੈ ਫਗਵਾੜੇ 'ਚ ਸ਼ੂਗਰ ਮਿੱਲ ਲੁਧਿਆਣੇ 'ਚ ਕੱਪੜਾ ਮਿੱਲ ਅਤੇ ਪੂਰੇ ਪੰਜਾਬ 'ਚ ਤੂੰ ਬਾਹਰ ਮਿੱਲ ਤੇਰੀ ਪੂਰੀ ਦੁਨੀਆ 'ਚ ਤਿੰਨ ਤਰ੍ਹਾਂ ਦੇ ਜਵਾਬ ਆ ਹਾਂ ਨਾ ਸ਼ਾਇਦ ਸਿਰਫ ਪੰਜਾਬ 'ਚ ਚੌਥਾ ਜਵਾਬ ਆ ਤੂੰ ਵਿੱਚੋਂ ਅੰਬ ਲੈਣਾ ਸੋ ਇਹ ਗੱਲਾਂ ਪੰਜਾਬ ਦੀ ਜਿਹੜੀ ਜ਼ੁਬਾਨ ਹੈ ਉਹਦੀ ਮਿਠਾਸ ਉਹਦੀਆਂ ਗੱਲਾਂ ਹੀ ਵੱਖਰੀਆਂ ਮੈਂ ਆਪਣਾ ਦੱਸਿਆ ਪਹੁੰਚਦਾ ਮੈਂ ਇੱਥੇ ਗਿਆ ਤੁਹਾਡੇ ਨਾਲ ਗੱਲਾਂ ਕਰਾਂ ਮੈਂ ਵੀ ਸਿੰਗਰ ਬਣਨਾ ਚਾਹੁੰਦਾ ਸੀ ਮੈਂ ਗਿਆ ਜਨਾਬ ਹੰਸ ਭਾਅ ਜੀ ਕੋ ਕਾਲਜ ਦੇ ਟਾਈਮ ਮੈਂ ਕਿਹਾ ਜੀ ਮੈਂ ਤੁਹਾਡਾ ਸ਼ਾਗਿਰਦ ਪੈਣਾ ਕਲਾਕਾਰ ਬਣਨਾ ਚਾਹੁੰਦਾ ਦੇਖੋ ਬੇਟੇ ਗੱਲ ਇਸ ਤਰ੍ਹਾਂ ਕਲਾਕਾਰ ਹੋਈ ਹੈ ਜਿਹਦੇ ਕੋਲ ਕਲਾ ਨਾ ਹੋਵੇ ਕਾਰ ਹੋਣੀ ਚਾਹੀਦੀ ਤੇਰੇ ਕੋਲ ਕਾਰ ਹੈਗੀ ਮੈਂ ਕਿਹਾ ਨਹੀਂ ਜੀ ਫਿਰ ਮਾਮਾ ਪ੍ਰੋਗਰਾਮ ਟਾਂਗੇ 'ਤੇ ਲੈਣ ਜਾਂ ਦਫਾ ਹੋ ਜਿਹਦੇ ਕੋਲ ਗੱਡੀ ਹੈ ਉਹਦੇ ਕੋਲ ਨੱਡੀ ਹੈ ਬਾਕੀ ਤੇਰੇ ਵੇਰੇ ਵਰਗੇ ਰਹਿੰਦੇ ਮੂੰਹ ਅੱਡੀ ਮੇਰੀਆਂ ਗੱਲਾਂ ਤਾਂ ਚਲੋ ਖਤਮ ਨਹੀਂ ਹੋਣੀਆਂ ਬਟ ਤੁਹਾਡੇ ਇੰਤਜ਼ਾਰ ਦੀਆਂ ਘੜੀਆਂ ਖਤਮ ਕਰਦਾ ਬੁਲਾਨਾ ਲੈਜੈਂਡਸ ਤੋਂ ਪਹਿਲਾਂ ਕੁਲਚੇ ਛੋਲੇ ਦੀ ਸਟਾਰ ਕਾਸਟ ਮੇਨ ਹੀਰੋ ਤੇ ਹੀਰੋਇਨ ਜਿਹਨੂੰ ਦੇਖ ਕੇ ਤੁਹਾਨੂੰ ਲੱਗੇਗਾ ਕਿ ਕੁਲਚੇ ਛੋਲੇ ਦੇਖਣੀ ਚਾਹੀਦੀ ਆ ਅਤੇ ਮੈਂ ਬੜਾ ਐਕਸਾਈਟਡ ਹਾਂ ਕਿਉਂਕਿ ਮੇਰੇ ਦੋਨੇ ਬੜੇ ਫੇਵਰੇਟ ਹੈ ਸੋ ਮੈਂ ਬੁਲਾਨ ਜਾ ਰਿਹਾ ਤੁਹਾਡੇ ਸਾਰਿਆਂ ਦੀਆਂ ਤਾੜੀਆਂ ਦੇ ਵਿੱਚ ਵੈਰੀ ਹੈਂਡਸਮ ਐਂਡ ਵੈਰੀ ਬਿਊਟੀਫੁਲ ਸੋ ਪਲੀਜ਼ ਵੈਲਕਮ ਦਿਲਰਾਜ ਗਰੇਵਾਲ ਐਂਡ ਜੰਨਤ ਜ਼ੁਬੈਰ ਹੈਲੋ ਭਾਅ ਜੀ ਸੁਮਿਤ ਭਾਅ ਜੀ ਉਹ ਚੈੱਕ ਕਰੋ ਆਏ ਵੀ ਕਿ ਨਹੀਂ ਐਵੇਂ ਸੰਘਾ ਪੌੜੀ ਜਾਂਦੇ ਭਾਅ ਜੀ ਮੇਰਾ ਹੈਂ ਦੁਬਾਰਾ ਬੋ ਇਹੀ ਪੰਗਾ ਇਹਨਾਂ ਦਾ ਪਹਿਲੀ ਫਿਲਮ ਰਿਲੀਜ਼ ਨਹੀਂ ਹੋਈ ਨਖਰੇ ਸ਼ੁਰੂ ਹੋ ਜਾਂਦੇ ਯਾਰ ਇਹਨਾਂ ਦੇ ਸੋ ਪਲੀਜ਼ ਵੈਲਕਮ ਵੈਰੀ ਬਿਊਟੀਫੁਲ ਦਿਲਰਾਜ ਗਰੇਵਾਲ ਵੈਰੀ ਹੈਂਡਸਮ ਜੰਨਤ ਜ਼ੁਬੈਰ ਉਹ ਦੇਖੋ ਯਾਰ ਮੂੰਹ ਚੋਂ ਕੀ ਨਿਕਲੀ ਜਾਂਦਾ ਆ ਜਾਓ ਇਹ ਤੋਂ ਪਹਿਲਾਂ ਕੋਈ ਗਾਲਾਂ ਨਿਕਲੇ ਰਿਲੀਜ਼ ਹੋਣ ਲੱਗੀ ਬਣੀ ਗੱਲ ਆ ਦੇਖ ਇੱਧਰ ਚੁਰ ਚੁਰ ਗੱਲਾਂ ਵੀ ਲੈਜੈਂਡ ਪ੍ਰੋਗਰਾਮ ਭਰਾਵਾ ਲੈਜੈਂਡ ਆਣੇ ਅੱਜ ਆ ਬਹੁਤ ਬੜੀ ਲਈ ਹੈ ਜਸਵੰਤ ਚੈਪਲਨ ਯਾਰ ਕਿੰਨਾ ਯਕੀਨ ਹੋ ਰਿਹਾ ਤੁਹਾਨੂੰ ਦਿਲਰਾਜ ਜੰਨਤ ਮੈਨੂੰ ਤਾਂ ਹੋ ਰਿਹਾ ਹੈ ਬਹੁਤ ਐਕਸਾਈਟਮੈਂਟ ਵੀ ਹੋ ਰਹੀ ਹੈ ਬਹੁਤ ਨਰਵਸਨੈਸ ਵੀ ਹੋ ਰਹੀ ਹੈ ਪਰ ਬਹੁਤ ਖੁਸ਼ ਵੀ ਹਾਂ ਖੁਸ਼ੀ ਫਾਈਨਲੀ ਆ ਰਹੀ ਹੈ ਖੁਸ਼ੀ ਤਾਂ ਹੋਣੀ ਦਿਲਰਾਜ ਇੱਕ ਗੱਲ ਆ ਜਦੋਂ ਲੈਜੈਂਡਸ ਆਣੇ ਆ ਉਸ ਤੋਂ ਪਹਿਲਾਂ ਯਾਰ ਮੈਂ ਆਪਾਂ ਗੱਲਾਂ ਕਰ ਲਈਆਂ ਬੜਾ ਮਜ਼ਾ ਆਇਆ ਯਾਰ ਜੰਨਤ ਤੈਨੂੰ ਸ਼ਾਇਦ ਪਤਾ ਨਹੀਂ ਬਾਕੀ ਤੂੰ ਕੰਮ ਕੀਤਾ ਹੀ ਆ ਬਟ ਦਿਲਰਾਜ ਮੈਂ ਦੇਖਿਆ ਵੀ ਕਮਾਲ ਦਾ ਰਾਈਟਰ ਜਿੰਨਾ ਵਧੀਆ ਰਾਈਟਰ ਉਨਾ ਵਧੀਆ ਕੰਪੋਜ਼ਰ ਉਨਾ ਵਧੀਆ ਸਿੰਗਰ ਤੇ ਉਨਾ ਹੀ ਵਧੀਆ ਇਨਸਾਨ ਦਿਲਰਾਜ ਦੇਖ ਲਿਆ ਜਿੰਨਾ ਤੂੰ ਕਿਹਾ ਉਦੋਂ ਮੈਂ ਬੋਲਤਾ ਫਿਰ ਨਾ ਲਾਂਬਾ ਗਈ ਜੰਨਤ ਪੰਜਾਬ ਦਾ ਮਾਹੌਲ ਵਧੀਆ ਬਹੁਤ ਬਹੁਤ ਵਧੀਆ ਲੱਗਾ ਬਹੁਤ ਬਹੁਤ ਕੰਫਰਟੇਬਲ ਸੀ ਮੈਂ ਮੈਨੂੰ ਤਾਂ ਥੋੜ੍ਹੀ ਨਰਵਸਨੈਸ ਹੋ ਰਹੀ ਸੀ ਲੈਂਗੁਏਜ ਨਿਊ ਆ
ਤੈਨੂੰ ਪਤਾ ਕੋਈ ਵੀ ਲੈਂਗੁਏਜ ਸਿੱਖਣੀ ਉਹਦੀਆਂ ਗਾਲਾਂ ਸਿੱਖੋ ਪਹਿਲਾਂ ਹਾਂ ਤੈਨੂੰ ਕਾਰ ਡਰਾਈਵਿੰਗ ਕਰਨੀ ਸਿੱਖਾ ਆਪ ਹੀ ਗਾਲਾਂ ਆ ਜਾਣੀਆਂ ਬਸ ਤੈਨੂੰ ਪਤਾ ਪੰਜਾਬੀ ਕਾਰ ਡਰਾਈਵਿੰਗ ਕਰਨੀ ਸਿੱਖੋ ਹਾਂ ਤੈਨੂੰ ਮੈਂ ਦੱਸਦਾ ਉਹਦਾ ਜਦੋਂ ਕਾਰ ਚਲਾਏਂਗੇ ਨਾ ਆਪ ਹੀ ਆ ਜਾਂਦਾ ਕਾਰ ਜਦੋਂ ਬੰਦਾ ਚਲਾਉਂਦਾ ਨਾ ਇੱਥੇ ਪੰਜਾਬੀ ਆਉਂਦੀ ਸੌਂਗ ਸੁਣ ਕੇ ਸੁਣ ਨਹੀਂ ਨਹੀਂ ਮੈਂ ਤੁਹਾਨੂੰ ਦੱਸਦਾ ਨਾ ਇੱਥੇ ਕੀ ਹੁੰਦਾ ਜਦੋਂ ਬੰਦਾ ਕਾਰ ਚਲਾਉਂਦਾ ਚਲਾ ਰਿਹਾ ਜਾਂ ਗੱਡੀ ਅੱਗੋਂ ਨਿਕਲ ਗਈ ਨਾ ਐ ਨਿਕਲ ਗਈ ਇਹਨੂੰ ਦੇਖ ਲਾ ਕਿੱਦਾਂ ਅੱਗ ਲੱਗੀ ਭੈਂ ਜੇ ਕੋਈ ਪਿੱਛੇ ਰਹਿ ਜਾਵੇ ਲੈ ਲੈਂਦਾ ਚਲਾਉਣੀ ਆਉਂਦੀ ਨੀ ਭੈਂ ਗਿੱਪੀ ਭਾਜੀ ਆ ਦਲਜੀਤ ਦੋਸਾਂਝ ਭਾਜੀ ਉਹ ਪੰਜਾਬ ਚੋਂ ਸਟਾਰ ਬਣ ਕੇ ਬੰਬੇ ਕੰਮ ਕਰਨ ਗਏ ਇਹ ਬੰਬੇ ਸਟਾਰ ਬਣ ਕੇ ਇੱਥੇ ਆਈ ਹੈ ਪਰ ਥੋੜ੍ਹੀ ਹਾਂ ਥੋੜ੍ਹੀ ਸੀ ਨਰਵਸਨੈਸ ਵੀ ਹਾਂ ਕਿਉਂਕਿ ਇਤਨੇ ਐਕਸਪੀਰੀਅੰਸ ਲੋਕ ਹੈ ਔਰ ਆਪਾਂ ਤਾਂ ਸਟਾਰਟ ਹੀ ਕਰ ਰਹੇ ਹਾਂ ਪੰਜਾਬੀ ਵਿੱਚ ਸੋ ਬੜਾ ਮਜ਼ਾ ਆ ਰਿਹਾ ਯਾਰ ਵਾਕਈ ਗਲੀ ਗਲੀ ਵਿੱਚ ਹਰ ਕੋਈ ਬੋਲੇ ਜਾ ਕੇ ਵੇਖਿਓ ਕੁਲਚੇ ਛੋਲੇ ਬਣ ਗਈ ਵਧੀਆ ਟੈਗ ਲੈਣ ਆਪਾਂ ਸ਼ੋਅ ਦੇ ਆਸ ਆਖਰ 'ਚ ਬੋਲਿਆ ਕਰਾਂਗੇ ਯਾਰ ਪੱਕਾ ਵਧਾਈਆਂ ਫਿਰ ਮੇਰਾ ਭਰਾ ਤੈਨੂੰ ਵੀ ਰਿਹਾ ਚੱਲ ਯਾਰ ਆਲ ਦੀ ਬੈਸਟ ਟੂ ਯੂ ਟੂ ਚਲੋ ਜੀ ਮੈਂ ਦਾਅਵਾ ਦਿੰਦਾ ਪੰਜਾਬੀ ਸਿਨੇਮਾ ਦੀ ਅਦਾਕਾਰੀ ਦੇ ਸਰਦਾਰ ਸਰਦਾਰ ਸੋਹੀ ਸਾਹਿਬ ਐ ਵੈਰੀ ਯੰਗ ਐਂਡ ਟੈਲੈਂਟਡ ਡਾਇਰੈਕਟਰ ਵਿਕਰਮ ਗਰੋਵਰ ਸਾਹਿਬ ਵੈਲਕਮ ਸੋ ਦਲਰਾਜ ਸਾਡਾ ਹੀਰੋ ਦਲਰਾਜ ਗਰੇਵਾਲ ਐਂਡ ਜੰਨਤ ਜ਼ੁਬੈਰ ਵੈਸੇ ਤਜਰਬੇ ਪੱਖੋਂ ਸੀਨੀਅਰ ਭਾਅ ਜੀ ਨੇ ਤੇ ਰੁਤਬੇ ਪੱਖੋਂ ਤੁਸੀਂ ਡਾਇਰੈਕਟਰ ਐਕਟਰ ਹੈ ਨਾ ਭਾਅ ਜੀ ਨਹੀਂ ਰੁਤਬਾ ਵੀ ਉਹਨਾਂ ਨੂੰ ਪੁੱਛੋ ਭਾਅ ਜੀ ਜਿਹੜਾ ਜਿਹੜੀ ਡਾਇਰੈਕਟਰ ਦੀ ਕੁਰਸੀ ਹੈ ਨਾ ਡਾਇਰੈਕਟਰ ਦੇ ਨਵੇਂ ਏਦਾਂ ਨਾ ਕਹੋ ਏਦਾਂ ਨਾ ਕਹੋ ਨਹੀਂ ਤੁਸੀਂ ਬਣੇ ਨਿਮਾਣਾ ਤੁਸੀਂ ਗਦਰ ਨਿਮਾਣਾ ਤੂੰ ਗਰੋਵਰ ਨਿਮਾਣਾ ਨੀ ਹੈਗਾ ਤੇ ਭਾਅ ਜੀ ਕਿੱਥੋਂ ਤੁਹਾਡੇ ਤੋਂ ਸ਼ੁਰੂ ਕਰੀਏ ਜੀ ਬਿਲਕੁਲ ਜੀ ਬਿਲਕੁਲ ਸੋਹੀ ਸਾਹਿਬ ਤੋਂ ਸ਼ੁਰੂ ਕਰਦੇ ਹਾਂ ਭਾਅ ਜੀ ਫਿਰ ਪਿਤਾ ਜੀ ਤੁਹਾਡੇ ਡਾਕਟਰ ਹਰ ਪਿਓ ਚਾਹੁੰਦਾ ਮੇਰਾ ਮੁੰਡਾ ਉਹ ਹੀ ਬਣੇ ਕਿਉਂਕਿ ਅਕਸਰ ਇਹ ਹੁੰਦਾ ਹੈ ਕਿ ਜਿਹੜੇ ਕੋਈ ਆਪਸ਼ਨ ਨਹੀਂ ਹੁੰਦੀ ਸਾਡੇ ਵਰਗਿਆਂ ਕੋਲ ਉਹ ਤਾਂ ਕਹਿੰਦੇ ਕੁਝ ਵੀ ਕਰ ਲਓ ਜਿਹੜੀ ਆਲਰੇਡੀ ਇੱਕ ਪੜ੍ਹੀ ਲਿਖੀ ਫੈਮਲੀ ਆ ਉਹ ਤਾਂ ਇਹੀ ਚਾਹੁੰਦੇ ਕਿ ਸਾਡਾ ਮੁੰਡਾ ਕੋਈ ਹੋਰ ਕਰੇ ਬਟ ਇਹ ਵੀ ਇੱਕ ਮੈਂ ਭਾਅ ਜੀ ਸ਼ੁਰੂਆਤ 'ਚ ਦੱਸਦਾ ਅੱਜ ਸਾਡੀ ਇੰਡਸਟਰੀ 'ਚ ਕਹਿੰਦੇ ਆ ਬੰਦੇ ਕਿ ਸਿੰਗਰ ਐਕਟਰ ਬਣ ਰਹੇ ਆ ਹੈ ਨਾ ਜਿਹੜਾ ਸਿੰਗਰ ਉਹ ਹੀ ਹੀਰੋ ਹੈ ਇਹਨਾਂ ਨੂੰ ਮਿਲੋ ਭਾਅ ਜੀ ਜਿਹਨਾਂ ਨੂੰ ਪਤਾ ਹੀ ਨਹੀਂ ਇਹ ਸਿੰਗਰ ਸੀਗੇ ਅਤੇ ਬਾਅਦ 'ਚ ਐਕਟਰ ਬਣੇ ਇਹਨਾਂ ਨੇ ਸਿੰਗਿੰਗ ਨੂੰ ਤਰਜੀਹ ਨਹੀਂ ਦਿੱਤੀ ਇਹ ਭਾਅ ਜੀ ਪਹਿਲਾਂ ਇੱਥੋਂ ਹੀ ਸ਼ੁਰੂ ਕਰਦੇ ਹਾਂ ਇਹ ਘੱਟ ਬਹੁਤ ਨਹੀਂ ਨਹੀਂ ਵੈਰੀ ਗੁੱਡ ਨਹੀਂ ਨਹੀਂ ਮੇਰਾ ਜ਼ਮਾਨਾ ਹੋਰ ਸੀ ਅੱਜ ਦਾ ਸਿੰਗਰ ਬਣਨ ਦਾ ਚਸਕਾ ਹੈ ਇਹ ਬਚਪਨ 'ਚ ਮੈਨੂੰ ਵੀ ਜਾਗਿਆ ਸੀ ਪਰ ਬਹੁਤ ਪੁਰਾਣੀ ਗੱਲ ਹੈ ਉਹ ਜ਼ਮਾਨਾ ਹੀ ਹੋਰ ਸੀ ਤੇ ਹੁਣ ਤਾਂ ਹਰ ਮਾਂ ਪਿਓ ਕਹਿੰਦਾ ਵੀ ਮੇਰਾ ਮੁੰਡਾ ਜੇ ਗਾਉਣ ਜਾਣ ਦਾ ਹੁੰਦਾ ਵੀ ਹੀਰੋ ਬਣ ਜਾਂਦਾ ਬਿਲਕੁਲ ਭਾਅ ਜੀ ਉਹ ਬਖਸ਼ ਵੀ ਹੈ ਸਾਡੇ ਪੰਜਾਬੀਆਂ ਨੂੰ ਹਵਾਵਾਂ ਤੇ ਮੈਂ ਉਦੋਂ ਸਾਡੇ ਪਿੰਡ ਇੱਕ ਬਾਬਾ ਜੀ ਜਿਹੜੇ ਆਨੰਦ ਕਾਰਜ ਕਰਾਉਂਦੇ ਹੁੰਦੇ ਨੇ ਉਹ ਹਾਰਮੋਨੀਅਮ ਵਧੀਆ ਜਾਣਦੇ ਸੀ ਮੈਨੂੰ ਹੈ ਯਾਰ ਹਾਰਮੋਨੀਅਮ ਸਿੱਖੀਏ ਡਾਕਟਰ ਸ਼ਿਵਦੇਵ ਸਿੰਘ ਦਾ ਬੇਟਾ ਹਾਰਮੋਨੀਅਮ ਸਿੱਖੇ ਤੇ ਪਿੰਡ ਵਾਲਿਆਂ ਨੇ ਢਿੱਡ ਪੀੜ ਨਹੀਂ ਉਹ ਪਿੰਡ ਵਾਲੇ ਤੰਦ ਨਹੀਂ ਮਾਰਨਗੇ ਸਹੀ ਗੱਲ ਉਹ ਯਾਰ ਡਾਕਟਰਾਂ ਦੇ ਮੁੰਡੇ ਨੂੰ ਕੀ ਹੋ ਗਿਆ ਲੋਕਾਂ ਨੇ ਸੂਈਆਂ ਸਾਈਆਂ ਲਾਉਣ ਸਿੱਖ ਜਾਂਦਾ ਵਧੀਆ ਗੱਲ ਸੀ ਹੈਂ ਗੋਲੀਆਂ ਦੇਣੀਆਂ ਸਿੱਖ ਜਾਂਦਾ ਅਤੇ ਚਾਰ ਪੈਸੇ ਵਧੀਆ ਕਮਾਉਂਦਾ ਹੁਣ ਇਹ ਮਰਾਸੀ ਬਣ ਨੂੰ ਫਿਰਦਾ ਉਦੋਂ ਇੱਦਾਂ ਹੀ ਹੁੰਦਾ ਹਾਂ ਇਹੀ ਆਹ ਜ਼ਬਾਨ ਆਮ ਤੌਰ 'ਤੇ ਇਹੀ ਹੁੰਦੀ ਸੀ ਹੁਣ ਇਹ ਬਾਜੇ ਵਜਾਇਆ ਕਰੂਗਾ ਮੈਂ 5-7 ਕੁ ਦਿਨ ਗਿਆ ਜਦੋਂ ਲੰਘਿਆ ਕਰਾਂ ਪਿੰਡ ਦੇ ਚੌਂਦਰਿਆਂ ਦੇ ਬੈਠੇ ਜਿਹੜੇ ਹੁਣ ਆਪਾਂ ਹੁਣ CCTV ਕੈਮਰੇ ਕਹਿੰਦੇ ਹਾਂ ਬੁੜੇ ਉਹ ਬਜ਼ੁਰਗਾਂ ਦੀਆਂ ਗੱਲਾਂ ਜਿਹੜੀਆਂ ਉਹ ਉਦੋਂ ਹਰ ਬੱਚੇ ਤੋਂ ਬੁੱਢੇ ਤੱਕ ਇੱਕ ਦੂਜੇ ਦੀ ਕਦਰ ਕਰਦਾ ਸੀ ਬੱਚੇ ਮੇਰੇ ਸੰਸਕਾਰ ਹੀ ਇਹੋ ਜਿਹੇ ਸੀ ਮਾਂ ਬਾਪ ਨੇ ਸਿੱਖੇ ਇਹੋ ਜਿਹੇ ਸੀ ਕਿ ਵੱਡਿਆਂ ਸਾਹਮਣੇ ਬੋਲਣਾ ਨਹੀਂ ਵੱਡਿਆਂ ਦੀ ਗੱਲ ਮੰਨਣੀ ਆ
ਹੁਣ ਪਿੰਡ ਵਿੱਚ ਦੀ ਲੰਘਦੇ ਆ ਆ ਡਾਕਟਰ ਦਾ ਮੁੰਡਾ ਜਾਂਦਾ ਏ ਬਾਜਾ ਸਿਖੂਣ ਪਿਓ ਦਾ ਐਡਾ ਸੋਹਣਾ ਧੰਦਾ ਛੱਡ ਕੇ ਲੋਕਾਂ ਦੀਆਂ ਜਾਨਾਂ ਬਚਾਉਂਦਾ ਸੇਵਾ ਕਰਦਾ ਸਮਾਜ ਮੇਰੇ ਫਾਦਰ ਵਾਕਈ ਸੇਵਾ ਕਰਨ ਵਾਲੇ ਸੀ ਪਾਪਾ ਜੀ ਕਹਿੰਦੇ ਮੈਂ ਅਸੀਂ ਜਦੋਂ ਡਾਕਟਰ ਦਾ ਪੇਸ਼ਾ ਇਖਤਿਆਰ ਕੀਤਾ ਉਦੋਂ ਕਸਮ ਖਵਾਈ ਜਾਂਦੀ ਹੈ ਕਿ ਤੁਸੀਂ ਮਰੀਜ਼ਾਂ ਦੀ ਸੇਵਾ ਕਰੋਗੇ ਇਹ ਸੇਵਾ ਸਾਡਾ ਸੇਵਾ ਵਾਲਾ ਕਿੱਤਾ ਜਿਹੜਾ ਸੇਵਾ ਵਾਲਾ ਹੈ ਸਾਡਾ ਪੈਸੇ ਕਮਾਉਣ ਵਾਲਾ ਨਹੀਂ ਕੀ ਬਾਤ ਹੈ ਇਹ ਇਹ ਕਿਤੇ ਨਾ ਕਿਤੇ ਸੌਰੀ ਟੂ ਸੇ ਅੱਜ ਇਹ ਭਾਵਨਾ ਘਟ ਗਈ ਹੈ ਅੱਜ ਬਿਜ਼ਨਸ ਬਣ ਗਿਆ ਐਜੂਕੇਸ਼ਨ ਵੀ ਬਿਜ਼ਨਸ ਬਣ ਗਈ ਹੈ ਤੇ ਇਹ ਵੀ ਚੀਜ਼ ਐਜੂਕੇਸ਼ਨ ਤੋਂ ਮੈਨੂੰ ਮੇਰੇ ਹੈੱਡ ਮਾਸਟਰ ਯਾਦ ਆ ਗਏ ਮੈਂ ਮੇਰੇ ਪਿੰਡ ਉਦੋਂ ਅੱਠਵੀਂ ਦਾ ਸਕੂਲ ਹੁੰਦਾ ਸੀ ਕਰਤਾਰ ਸਿੰਘ ਚੀਮਾ ਸਾਡੇ ਹੈੱਡ ਮਾਸਟਰ ਹੁੰਦੇ ਸੀ ਸ਼ੇਰਪੁਰ ਤੋਂ ਸ਼ੇਰਪੁਰ ਥਾਣਾ ਮੇਰੇ ਨੇੜੇ ਪਾਪਾ ਦੀ ਸਿੱਖਿਆ ਦੇ ਮੁਤਾਬਕ ਜਦੋਂ ਉਂਗਲ ਫੜਾਈ ਹੈੱਡ ਮਾਸਟਰ ਸਾਹਿਬ ਨੂੰ ਉਹਨਾਂ ਦੀ ਆਪਸ ਵਿੱਚ ਚੰਗੀ ਬਣਦੀ ਸੀ ਕਹਿੰਦੇ ਦੇਖੋ ਮੈਂ ਤਾਂ ਅਸੀਂ ਤਾਂ ਮਾਪੇ ਜਨਮਦਾਤੇ ਹਾਂ ਅਤੇ ਕਰਮਦਾਤੇ ਤੁਸੀਂ ਹੋ ਤੁਹਾਡੇ ਹਵਾਲੇ ਕਰ ਚੱਲੇ ਹਾਂ ਜਿੰਨੀ ਮਰਜ਼ੀ ਖੱਲ ਉਧੇੜ ਦਿਓ ਮੈਨੂੰ ਕੋਈ ਮੈਨੂੰ ਪੜ੍ਹਾਈ 'ਚ ਕਮਜ਼ੋਰ ਨਹੀਂ ਚਾਹੀਦਾ ਤੁਸੀਂ ਕੁੱਟਿਆ ਕਿੰਨੇ ਆ ਡੰਡੇ ਮਾਰੇ ਜਾਂ ਠੁੱਡੇ ਮਾਰੇ ਕੁਛ ਮਰਜ਼ੀ ਜੋ ਮਰਜ਼ੀ ਮੁੰਡਾ ਮੇਰਾ ਪੜ੍ਹਨਾ ਚਾਹੀਦਾ ਇੰਨਾ ਸਾਡੇ ਮਨ 'ਚ ਖੌਫ ਸੀ ਉਹਨਾਂ ਦਾ ਕਰਤਾਰ ਸਿੰਘ ਚੀਮੇ ਉਹਨਾਂ ਦਾ ਇੰਨਾ ਕੁ ਰੂਲ ਹੁੰਦਾ ਉਹ ਹੱਥ ਐਂ ਕੀਤਾ ਜੇ ਐਂ ਹੱਥ ਥੱਲੇ ਕਰ ਲਿਆ ਥੱਲੋਂ ਰੂਲ ਮਾਰਦੇ ਮੇਰੇ ਸਿੱਧਾ ਕਰ ਦਿੰਦੇ ਉਹ ਉਹ ਐਂ ਹੱਥ ਕਰੇ ਜਾਣਾ ਇੱਦਾਂ ਇੱਦਾਂ ਥੱਲੇ ਨਹੀਂ ਲੈ ਕੇ ਜਾਂਦੇ ਇੱਥੇ ਮਾਰੋ ਇੱਥੇ ਮਾਰੋ ਇੱਥੇ ਮਾਰੋ ਇੱਥੇ ਮਾਰੋ ਇੱਥੇ ਮਾਰੋ ਇੱਥੇ ਮਾਰੋ ਉਹ ਇੱਥੇ ਮਾਰੋ ਪਰ ਅੱਜ ਮੈਂ ਕਿਉਂ ਗੱਲ ਕਰਦਾ ਉਹ ਇਹਤੇ ਮਾਰੋ ਨੇ ਲਾਈਫ ਦਾ ਡਿਸਿਪਲਨ ਵੱਡਿਆਂ ਦਾ ਸਤਿਕਾਰ ਉਹ ਜਿਹੜੀਆਂ ਚੀਜ਼ਾਂ ਘੋਲ ਕੇ ਸਾਡੇ ਅੰਦਰ ਪਾਈਆਂ ਹੋਈਆਂ ਨੇ ਉਹ ਮੇਰੇ ਫਿਲਮ ਲਾਈਨ 'ਚ ਅੱਜ ਤੱਕ ਕੰਮ ਆ ਰਹੀਆਂ ਨੇ ਅੱਜ ਮੈਨੂੰ ਹਰ ਜਿਹੜੇ ਜਿਹੜੇ ਪ੍ਰੋਡਿਊਸਰ ਨਾਲ ਮੈਂ ਕੰਮ ਕਰ ਜਾਂਦਾ ਉਹ ਕਹਿੰਦੇ ਨੇ ਯਾਰ ਇਹੋ ਜਿਹਾ ਪੰਕਚੁਅਲ ਹੋਣਾ ਚਾਹੀਦਾ ਦੇਖੋ ਭਾਅ ਜੀ ਦਾ ਸਫ਼ਰ ਪਿਤਾ ਜੀ ਡਾਕਟਰ ਇਹ ਬਣ ਗਿਆ ਐਕਟਰ ਹੁਣ ਆਉਂਦੇ ਆ ਡਾਇਰੈਕਟਰ ਤਾਂ ਹੀ ਤਾਂ ਮੈਂ ਟਰੈਕਟਰ ਕਰਦਾ ਕਰ ਲਿਆ ਡਾਕਟਰ ਐਕਟਰ ਡਾਇਰੈਕਟਰ ਸਾਊਂਡ ਸੇਮ ਤੇ ਭਾਅ ਜੀ ਨੂੰ ਜਦੋਂ ਮੈਂ ਦੇਖਦਾ ਇੱਧਰ ਡਾਇਰੈਕਟਰ ਸਾਹਿਬ ਭਾਅ ਜੀ ਅੱਛਾ ਮੈਨੂੰ ਲੱਗਦਾ ਨਾ ਜਦੋਂ ਵੀ ਇਹਨੇ ਮੈਨੂੰ ਕੋਈ ਸਵਾਲ ਪੁੱਛਣਾ ਨਾ ਇਹਦੀ ਸ਼ਕਲ ਤਾਂ ਲੱਗ ਜਾਂਦਾ ਮੈਨੂੰ ਪਤਾ ਵੀ ਹੁਣ ਇੱਕ ਗੱਲ ਘੁਮਾ ਕੇ ਲੈ ਕੇ ਆਉਣ ਲੱਗਾ ਮੇਰੇ ਤੇ ਉਹ ਆ ਗਏ ਨੇ ਘੁਮਾ ਕੇ ਦੇਖੋ ਮੁੜ ਘੜ ਖੋਤੀ ਬੋਰਡ ਥੱਲੇ ਜੀਵਨ ਚੱਕਰ ਜਿੱਥੋਂ ਮਿਲੇ ਸੀ ਉੱਥੋਂ ਹੀ ਮੈਂ ਲਿਆਉਣ ਲੱਗਾ ਗੱਲ ਦੇਖੋ ਕੁਦਰਤ ਯਾਰ ਇਹ ਨਹੀਂ ਕਹਿਣਾ ਬਹਾਨੇ ਨਾਲ ਖੋਤੀ ਖੁੱਤੀ ਨਿਕਲਣਾ ਕਿਸੇ ਨੂੰ ਇਹ ਗਲਤ ਗਲਤ ਬਹਾਨੇ ਨਾਲ ਕਹਿੰਦੇ ਖੋਤੀ ਖੁੱਤੀ ਨਿਕਲ ਨਹੀਂ ਅੱਛਾ ਨਹੀਂ ਯਾਰ ਜੈਂਡਰ ਚੇਂਜ ਕਰਦੇ ਖੋਤਾ ਕਹਿੰਦੇ ਖੋਤੀ ਨਹੀਂ ਕਹਿੰਦਾ ਨਹੀਂ ਨਹੀਂ ਐਕਚੁਅਲੀ ਜਾਨਵਰ ਦੋ ਹੀ ਆ ਜਿਹਨੂੰ ਬੰਦਾ ਘੁਆ ਕੇ ਖੁਸ਼ ਹੁੰਦਾ ਇੱਕ ਸ਼ੇਰ ਤੇ ਇੱਕ ਘੋੜਾ ਬਾਕੀ ਸਾਰੇ ਗਾਲ ਹੀ ਆ ਇਹਨੂੰ ਕਹਿੰਦਾ ਸ਼ੇਰ ਵਾ ਹਾਥੀ ਕਦੋਂ ਵੀ ਗੁੱਸਾ ਕਰ ਜਾਂਦਾ ਖੋਤਾ ਤਾਂ ਫਿਰ ਬਾਲਾ ਹੀ ਹੈ ਇਹ ਤਾਂ ਚਲੋ ਸਾਡੀ ਯੂਥ ਫੈਸਟੀਵਲ ਗੁੱਸਾ ਕਿਥੋਂ ਕਰੂ ਹੈ ਹੀ ਖੋਤਾ ਉਹ ਵਿਚਾਰਾ ਹਾਂਜੀ ਐਕਚੁਅਲੀ ਮੈਂ ਇਹਨਾਂ ਨੂੰ ਨਾ ਮੈਂ ਆਪਣੇ ਆਪ ਨੂੰ ਕਿਹਾ ਦੇਖੋ ਇਹ ਤਾਂ ਬੰਦੇ ਹੈਗੇ ਆ ਨਵੇਂ ਲਾਂਚ ਹੋ ਰਹੇ ਤੇ ਤੂੰ ਮੈਂ ਤੁਹਾਡਾ ਫੈਨ ਹਾਂ ਤੇ ਭਾਜੀ ਮੇਰੇ ਸੀਨੀਅਰ ਨੇ ਦੇਖੋ ਉਹ ਤਾਂ ਮੈਂ ਵੀ ਮੰਨਦਾ ਹਾਂ ਸਾਹਮਣੇ ਵਾਲਾ ਬੰਦਾ ਜਿਹੜਾ ਜ਼ਿਆਦਾ ਚਬਰ ਚਬਰ ਕਰਦਾ ਟੀਟਣਾ ਇਹੋ ਜਿਹਾ ਮਾਰਦਾ ਹੈ ਜਮਾਂ ਖੋਤੇ ਵਰਗਾ ਕਹਿੰਦੇ ਸਿਆਣਿਆਂ ਦੀਆਂ ਗਾਲਾਂ ਘਿਓ ਦੀਆਂ ਨਾਲਾਂ ਮੈਨੂੰ ਨੀ ਪਤਾ ਜਦੋਂ ਇੱਧਰ ਲੱਗਾ ਨਾ ਲੱਗਾ ਹਾਂਜੀ ਭਾਜੀ ਲਾਓ ਮਹਾਰਾਜ ਮੱਖਣ ਰੱਖਿਆ ਤੋੜ ਫੋੜ ਚੁਰਚੁਰ ਉਹ ਚੁਰਚੁਰ ਤੇ ਸਾਡਾ ਰਿਸ਼ਤਾ ਉਹ ਮੂੰਹ ਚ ਪਾਣੀ ਆ ਗਿਆ ਮੈਂ ਕਹਿੰਦਾ ਫਿਲਮ ਦੇਖ ਕੇ ਸਵਾਦ ਆ ਜੂ ਤੇ ਸੋਹੀ ਸਾਹਿਬ ਗਰੋੜ ਸਾਹਿਬ ਦੀ ਗੱਲ ਕਰਨ ਲੱਗਾ ਇਹ ਕੁਲਚੇ ਛੋਲੇ ਮੂੰਹ 'ਚ ਪਤਾ ਕਿਉਂ ਪਾਣੀ ਆਇਆ ਕਿਉਂਕਿ ਅੱਧੀ ਜ਼ਿੰਦਗੀ ਇਹ ਤੁਹਾਨੂੰ ਪਤਾ ਨਹੀਂ ਬੜੇ ਛੁਪੇ ਰੁਸਤਮ ਹੈ ਇਹ ਤਾਂ ਜਿਵੇਂ ਉਹ ਗੱਲ ਹੈ ਨਾ ਅੱਧੀ ਜ਼ਿੰਦਗੀ ਕੀ ਕੁਲਚੇ ਬਣਾਏ ਨੇ ਨਹੀਂ ਨਹੀਂ ਕੁਲਚੇ ਖਾਧੇ ਆ ਰੋਟੀ ਤਾਂ ਉਦੀ ਨਹੀਂ ਸੀ 10 ਰੁਪਏ ਕੁਲਚਾ ਕਿਉਂ ਭਾਜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਯੂਥ ਫੈਸਟੀਵਲ ਮੈਂ ਹੁਣ ਉਹ ਗੱਲ ਯਾਦ ਕਰਨ ਲੱਗਾ ਭਾਜੀ ਤੁਹਾਡਾ ਮੂਮੈਂਟ ਭਾਜੀ ਮੈਂ ਲੁਧਿਆਣੇ ਆ ਥੀਏਟਰ ਨਹੀਂ ਸੀਗਾ ਭਾਜੀ ਉੱਥੇ ਅਤੇ ਮੈਂ ਬੱਸ 'ਚ ਕਪਿਲ ਭਾਜੀ ਚੰਦਨ ਉਹਨਾਂ ਨੂੰ ਸੁਣਨ ਜਾਂਦਾ ਹੁੰਦਾ ਜੀ ਇਹਨਾਂ ਦੀ ਹਿਸਟਰੋਨਿਕਸ ਮਿਮਿਕਰੀ ਦੇਖਣ ਅਤੇ ਉਹਦੇ 'ਚ ਆਉਂਦਾ ਹੁੰਦਾ ਇਸ ਦੇ ਨਾਲ ਹੀ ਤੀਜਾ ਅਤੇ ਆਖਰੀ ਸੱਦਾ APJ ਕਾਲਜ ਜਲੰਧਰ ਉਹ ਜਦੋਂ ਆਉਂਦਾ ਸੀ ਸਾਰੇ ਦੁਨੀਆ ਭੱਜੀ ਆਉਂਦੀ ਕਹਿੰਦੇ ਉਹ ਗਰੋਵਰ ਦਾ ਪਲੇ ਆ ਗਰੋਵਰ ਦਾ ਪਲੇ ਮੈਂ ਕਿਹਾ ਕੌਣ ਹੈ ਯਾਰ ਗਰੋਵਰ 2-3 ਸਾਲ ਸੁਣਦਾ ਰਿਹਾ ਅਤੇ ਉਹ ਜਦੋਂ ਬਾਅਦ 'ਚ ਮੈਂ ਕਿਹਾ ਇਹ ਮਹਾਰਾਜ ਇਹ ਬੜੇ ਧੁਰੰਦਰ ਬੰਦੇ ਸੀ ਇਹ ਮਤਲਬ ਯੂਥ ਫੈਸਟੀਵਲ 'ਚ ਸਟਾਰ ਸੀਗੇ ਸੁਣੋ ਮੈਂ ਉੱਥੇ ਵੀ ਆਉਂਦਾ ਉਹ ਕਹਿੰਦਾ ਗਰੋਵਰ ਦਾ ਉੱਥੇ ਵੀ ਆਉਂਦਾ ਗਰੋਵਰ ਦਾ ਪਲੇ ਮੈਂ ਕਿਹਾ ਗਰੋਵਰ ਕੌਣ ਆ ਯਾਰ ਅਤੇ ਉਹ ਕਹਿੰਦੇ ਲਿਫਾਫੀ ਨਹੀਂ ਆਉਂਦਾ ਸੀ ਲਿਫਾਫੀ ਉਹ ਗਰੋਵਰ ਸਾਹਿਬ ਐਕਟਰ ਜ਼ੋਰਦਾਰ ਪਹਿਲਾਂ ਤਾੜੀਆਂ ਗਰੋਵਰ ਸਾਹਿਬ ਵਾਸਤੇ ਸਾਡੇ
मैं जो प्ले देखिया पहले मैं बंदे मिलना इन्होंने उरा पता कि जिवें तुसीं फिल्म फेयर अवार्ड च अमिताभ बच्चन नहीं लागे जा ही नहीं सकते उत्थे अमिताभ बच्चन सीगे कुपल कुपल तो कुछ नहीं सैर के बारे मेन ग्रोवर साहब तो तीन साल तो मैं मिलने लग गए इन्हों बट नहीं तो होना मैं भी सच दसदा फिर इन्होंने मैं देखो कहना कोई भी चीज को शिद्दत से चाहो तो पूरी कायनात मेरे आले में लग जाती है मैं इन्होंने चाह मैं ग्रोवर भाई इन्हों का खुद फोन आया मैनू भाई तुम्हें याद करा दिना फोन आया जसवंत हाँ जी भाजी ग्रोवर बोलदा कौन विक्रम ग्रोवर हाँ जी हाँ जी भाजी की हाल है यार जी हिस्ट्रोनिक्स कर रहे ना करो कपिल कर रहे यार तुम इदा ना करो याद नमन करता गुरु नानक देव यूनीवर्सिटी क्योंकि यूनीवर्सिटी ने अज वर्ल्ड लैवल से इंडिया लैवल से जिन्हें व्डे स्टैंडअप कॉमेडियन घुग्गी भाई तो लैके कपिल शर्मा चंदन सुदेश लहरी भारती सुगंधा राजीव ठाकुर जिन्हें दीपक राजा विक्रम ग्रोवर मैं तो सब तो पिछे हाँ एक विधा होंगी है जी ये बंदा मास्टर वाह मास्टर ऑफ मिमिक्री जिन्हों कह सकते ना तो असी साढ़े सुगंधा मिश्रा सा मेरी स्टूडेंट है तो साढ़े वालों होंगी सी तो इधरों डी ए वी कॉलेज वालों हों सुगंधा मिश्रा का नाम लिया फिल्म देखी भाजी जी जो जीता वही सिकंदर पजामा छाप आमिर खान गरीब कॉलेज एक अमीर कॉलेज सेम वही साड़ी फीलिंग सी अं सके डी ए वी जलंधर बस का किराया भी नहीं हों आप ही धक्के धुखे करके जाते यूथ फैसटिवल एक अद्धा मैं पहुंचना फाइनल यह आदि बसा कुड़िया मुंडिया हाय फुलिए विक्रम ग्रोवर गदर बूटी कपिल ये देखना गरीबा को ना देखना तो जो लास्ट पर्दा खुलना फाइनल वाले दिन भी किनू प्रोडक्टर पक्का पक्का एपीजे कॉलेज जाने क्योंकि ग्रोवर डायरेक्टर सगा थिएटर डिपार्टमेंट सारा इन्हों का एक अद्धा प्राइस हटा आता ही मिमिक्री का वो भी सी लैके मुड़ के पर बस फटते हूँ सर ट्रॉफी चकते हूँ ही इदा तो मैं वो मूवमेंट दसन लगा भाजी तो मैंने याद है साढ़े एक याद आया मुंडा सगा कहता बड़ा शरारती आस्ट्रेलिया कहिंदा यार एपीजे कॉलेज ने जितना ही है कहिंदा कुड़ियां किन्नियां सोहणियां सहेलियां सहूलियां सारियां ते ओ जदों प्राइज आंदा ना फर्स्ट प्राइज गोज टू एपीजे कॉलेज ने यस कुड़ियां ओ भाई कहिंदा जप्पी ते असीं आए खड़े हुंदे सके भाई मिमिक्री दा वेट करन को दा नाम सब ग्रोवर हे कुड़ियां तीन चार कुड़ियां इधर उधर सर सर ओ गॉड ब्लेस यू ए हो रिहा फर्स्ट प्राइज गोज टू माई एपीजे कॉलेज हे ते मैं कहा यार आना उना तां है नहीं प्राइज मैनूं जिहड़ी सोहणी कुड़ी लगदी मैं उहदे कोल खड़ गया मैं जाण गया इधर परे करके ना ऐदा खड़ गया देख के भुलेखे ने हथ लग जाए कहना फर्स्ट प्राइज गोज टू मिमिक्री एपी ये तो भाजी बट एक गल है जिहड़ी एक हुंदा बंदा शोहरत देखदा बे आ बनना मैं सच्ची कहां उस जमाने च ग्रोवर भाई दा जो मैं ओरा देखिया ये जिन्हें टैलेंटड बंदे आ बड़े नवाने बट उस ओरा देखिया भी क्या बात पूरा थिएटर माइम स्किट हिस्टोनिक्स मिमिक्री के मास्टर बंदे भाजी ये आपां कंटिन्यू करते हैं तो पहला साढ़े जिहड़े जन्नत दराज आ सवाल उन्होंने पूछने थोड़ा सीखना आ बट एक मीडिया परसनैलिटी भी साढ़े ने क्योंकि चुर चुर गलों में लैजेंड्स है तो उन्हों का भी एंगल देखना मीडिया का ना तो गौरव शुक्ला जी ने न्यूज़ 18 तो प्लीज़ वेलकम मैं इस करके पुछना तुसी पुछोगे कि अहीं तुहानूं पुछिए मैं तो उही कह रहा कि मैं तो रोज़ पुछण वाला ही कम करदा अज थोड़ा जिहा दसण वाला कम कर लैंदे लो फिर क्या बात आ जाओ बाकी वह फितरत भी है साडी ना कि गल्लां गल्लां दे विचों फिर सवाल तो निकल ही आना अच्छा इह फिर बंदे खतरनाक हुंदे आ अच्छा भाजी मैं मेरे मन च उद्दे सवाल आ गया इह जिद्दां हुण आपां देखदे फिल्म दे रिव्यूज़ आउंदे है ना समीक्षक हुंदे है ना बंदे इह भाजी किद्दां बणदा बंदा मैनूं समझाओ इहदा वी जाने के इह कोई कोर्स करना पैंदा इहदा कोई कोर्स तो मैं लगता ही नहीं करना पैदा मैं बहुत सारिया फिल्म देखनी मैं जिन्ना भी जो भी है ना भी हर एक बंदे ने अपना रिव्यू दिता होंगे फिल्म ले है ये सवाल भाजी मैं अज तक जवाब नहीं मिले भी इसकी क्वालिफिकेशन केड़ी चाहिए है भी तुसी किसी दी फिल्म नूं निंद सको या सराह सको देखो ये उहदा जवाब तो यही है कि देश च लोकतंत्र है कि असी बोलण तों तां रोक नहीं सकते जी किसी नूं हुण जे मैनूं फिल्म चंगी नहीं लग रही तो मेरा ओपीनियन है जे गौरव शुक्ला दा ओपीनियन 10 लोग मन रहे हैं तो तुहाडे खिलाफ जा सकदा जे मैनूं वधिया लग रही है तो तुहाडे फेवर च जा सकदा बिल्कुल ठीक है तो जिहड़े नंबर दिंदे बंदे भी 5 चों 7 नंबर या 10 चों 7 नंबर या 5 चों 3 नंबर
छोटे वीर ने मेरे वर्गे ਜਿਹੜੇ ਆਪ ਹੀ ਮੇਰੇ ਵਰਗੇ ਨੇ ਆਪ ਫਲੋਪ ਫਿਲਮ ਬਣਾਈ ਤੇ ਮੈਂ ਕੀ ਕਹਿਣਾ ਕਿਸੇ ਨੂੰ ਮੈਂ ਉਦਾਂ ਗੱਲ ਕਰਦਾ ਹੈਨਾ ਬਈ ਉਹ ਜਿਹੜੇ ਕਹਿਣ ਲੱਗ ਪੈਂਦੇ ਨੇ ਵੀ ਭਾਈ ਫਿਰ ਕਹਾਣੀ ਨੇ ਇੱਥੋਂ ਮੋੜ ਇਹ ਨਹੀਂ ਲਿਆ ਫਿਰ ਕੌਂ ਕਰ ਗਿਆ ਡਾਇਰੈਕਸ਼ਨ 'ਚ ਆਹ ਕਮੀ ਸੀ ਅਤੇ ਉਹ ਕਮੀ ਸੀ ਉਹ ਮੈਨੂੰ ਬੜੇ ਪਿਆਰੇ ਲੱਗਦੇ ਬੰਦੇ ਮੈਂ ਮਿਲਣਾ ਉਹਨਾਂ ਨੂੰ ਕਿਸੇ ਦਿਨ ਉਹ ਫਿਰ ਤੁਹਾਨੂੰ KRK ਨੂੰ ਕੰਟੈਕਟ ਕਰਨਾ ਪੈਣਾ ਇਹ ਬੰਦੇ ਦੱਸਣਾ ਸਾਰਾ ਨੰਬਰ ਉਹਦੇ ਕੋਲ ਹੈ ਸੋਰੀ ਭਾਈ ਮੈਂ ਬਹੁਤ ਬਹੁਤ ਵਧੀਆ ਭਾਈ ਮੁੱਦੇ ਤਾਂ ਹੋਰ ਬੜਾ ਵਧੀਆ ਬਿਲਕੁਲ ਬੜਾ ਵਧੀਆ ਸਵਾਲ ਪੁੱਛਿਆ ਐਕਚੁਅਲ ਜਿੰਨੀਆਂ ਵੀ ਇੰਟਰਨੈਟ ਤੇ ਨਿਊਜ਼ ਆਉਂਦੀਆਂ ਨੇ ਹਾਂਜੀ ਉਹਨੂੰ ਹੱਥ ਪਾ ਕੇ ਉਹ 'ਚ ਕੁਛ ਕੱਢੋਗੇ ਨਾ ਉਹ ਖਾਲੀ ਲਿਫਾਫਾ ਮਿਲਣਾ ਤੇ ਉਹਦੀ ਜਿਹੜੀ ਹੈਡਿੰਗ ਹੁੰਦੀ ਹੈ ਰੇ ਰੱਬ ਦਾ ਨਾਂ ਮਤਲਬ ਉਹ ਤਾਂ ਐ ਹੁੰਦੀ ਹੈ ਵੀ ਸਾਰੀ ਨਿਊਜ਼ ਹੈਡਿੰਗ 'ਚ ਆ ਗਈ ਤੇ ਉਹ ਨਿਊਜ਼ ਹੁੰਦੀ ਹੈ ਕੁਐਸਚਨ ਮਾਰਕ ਲਾਇਆ ਹੁੰਦਾ ਹਾਂ ਤੇ ਵਿੱਚੋਂ ਜੋ ਤੁਸੀਂ ਦੇਖਦੇ ਹੋ ਕੱਢ ਕੇ ਕੁਐਸਚਨ ਮਾਰਕ ਕੁਛ ਨਹੀਂ ਨਿਕਲਦਾ ਮਤਲਬ ਉਹ ਤੁਸੀਂ ਮੰਨਦੇ ਹੋ ਕਿ ਮੇਨ ਸਟ੍ਰੀਮ ਮੀਡੀਆ ਲਈ ਉਹ ਇੱਕ ਬਹੁਤ ਵੱਡਾ ਡਰਾਬੈਕ ਹੈ ਉਸ ਤੋਂ ਵੱਡਾ ਚੈਲੰਜ ਹੈ ਕਿਉਂਕਿ ਅੱਜ ਦੀ ਗੇਮ ਕੀ ਹੈ ਵਿਊਜ਼ ਦੀ ਗੇਮ ਹੈ ਤੁਸੀਂ ਖੁਦ ਜਿਸ ਇੰਡਸਟਰੀ ਦੇ ਨਾਲ ਜੁੜੇ ਹੋਏ ਹੋ ਤੁਹਾਡੇ ਕੋਲ ਯੂਟਿਊਬ ਦੇ ਉੱਤੇ ਵੀ ਵਿਊਜ਼ ਚਾਹੀਦੇ ਆ ਆਪਾਂ ਜਿੱਥੇ ਵੀ ਮਤਲਬ ਸਿੱਧੀ ਗੱਲ ਹੈ ਕਿ ਤੁਹਾਨੂੰ ਦੂਜੇ ਦਾ ਧਿਆਨ ਚਾਹੀਦਾ ਮੈਂ ਆਪਣੀ ਫੇਸਬੁੱਕ 'ਤੇ ਫੋਟੋ ਵੀ ਅਪਲੋਡ ਕਰ ਦੇਣਾ ਅਤੇ ਉਹਦੇ ਵਿੱਚ 500 ਲਾਈਕ ਆ ਗਏ 1000 ਲਾਈਕ ਆ ਗਏ ਤਾਂ ਉਹਦੇ ਬੇਸਿਕਲੀ ਪੁਆਇੰਟ ਕੀ ਹੈ ਕਿ ਆਪਾਂ ਦੂਜੇ ਦਾ ਕਿੰਨਾ ਧਿਆਨ ਖਿੱਚ ਰਹੇ ਹਾਂ ਤਾਂ ਉਹ ਸਾਰਾ ਹੈ ਤਾਂ ਕੰਟੈਂਟ ਉਹੀ ਕਿ ਕੁਛ ਐਸੀ ਸੰਸੇਸ਼ਨਲ ਲਾਈਨ ਤੁਸੀਂ ਉੱਪਰ ਟੀਜ਼ ਕਰ ਦਿੱਤੀ ਤਾਂ ਕਿ ਲੋਕ ਉਹਨੂੰ ਕਲਿੱਕ ਕਰਨ ਜਿਹੜੇ ਲੋਕ ਨੇ ਮੈਜੋਰਿਟੀ ਉਹਨਾਂ ਨੇ ਇੱਕ ਫਿਲਮ ਜਿਹੜੀ ਕਿ ਨੋਟ ਸੋ ਗੁੱਡ ਸਕ੍ਰਿਪਟ ਵਾਈਜ਼ ਵੀ ਕਾਸਟ ਵਾਈਜ਼ ਵੀ ਜਿਵੇਂ ਵੀ ਡਾਇਰੈਕਸ਼ਨ ਵਾਈਜ਼ ਵੀ ਯੂ ਕੈਨ ਸੇ ਦੈਟ ਉਹ ਓਨੀ ਵਧੀਆ ਨਹੀਂ ਹੈਗੀ ਹੈ ਨਾ ਉਹਨੂੰ 5 to 5 ਦਿੱਤੇ ਜਾਂਦੇ ਨੇ ਰੇਟਿੰਗ ਦਿੱਤੀ ਜਾਂਦੀ ਹੈ ਹੈ ਨਾ ਅਤੇ ਉਹਦਾ ਪ੍ਰੋਡਕਸ਼ਨ ਹਾਊਸ ਬਿਗ ਹੁੰਦਾ ਓਬਵੀਅਸ ਅਤੇ ਮਜੋਰਿਟੀ ਲੋਕਾਂ ਨੇ ਉਹਨੂੰ 5 to 5 ਦਿੱਤੇ ਹੁੰਦੇ ਨੇ ਇੱਕ ਮੂਵੀ ਜਿਹੜੀ ਬਹੁਤ ਜਿਵੇਂ ਬ੍ਰਿਲੀਅੰਟਲੀ ਬਣਾਈ ਗਈ ਹੈ ਐਕਟ ਕੀਤਾ ਗਿਆ ਬ੍ਰਿਲੀਅੰਟਲੀ ਉਹਨੂੰ ਸ਼ਰੇਆਮ 5 to 1 ਨੰਬਰ ਦਿੱਤਾ ਜਾਂਦਾ ਅਤੇ ਪ੍ਰੋਡਕਸ਼ਨ ਹਾਊਸ ਜਿਹਨਾਂ ਕਹਿੰਦੇ ਜੁੱਲੀ ਚੱਕ ਹੁੰਦੇ ਨੇ ਵਿਚਾਰੇ ਜਿਹੜੇ ਜਿਹਨਾਂ ਦਾ ਤੁੱਕਾ ਲੋਟ ਆ ਗਿਆ ਵੀ ਮੂਵੀ ਵਧੀਆ ਬਣ ਗਈ ਪਰ ਹਿੱਟ ਨਹੀਂ ਹੋਈ ਇਹਦੇ ਵਿੱਚ ਤੁਸੀਂ ਕਿੰਨਾ ਕੁ ਆਪਦੀ ਰਿਸਪੋਂਸੀਬਿਲਿਟੀ ਮੰਨਦੇ ਹੋ ਓਨੈਸਟੀ ਨੂੰ ਦਿਖਾਉਣਾ ਕਿਉਂਕਿ ਮੇਰਾ ਵੀ ਕੰਮ ਇਹੀ ਹੈ ਕਿ ਆਪਾਂ ਵਿਊਅਰਸ ਦੇ ਲਈ ਜੋ ਵੀ ਮੈਂ ਪ੍ਰੋਡਿਊਸ ਕਰਦਾ ਜੋ ਬੋਲਦਾ ਉਹ ਲੋਕਾਂ ਦੇ ਲਈ ਹੈ ਨਾ ਬੜੇ ਇੰਟੈਲੀਜੈਂਟ ਹੈ ਲੋਕ ਇਹ ਤੁਸੀਂ ਇਹ ਕਿਉਂਕਿ ਜੇ ਮੈਂ ਅੱਜ ਇੱਕ ਅੱਛੀ ਮੂਵੀ ਨੂੰ 5 ਦੇ ਵਿੱਚੋਂ 1 ਰਿਵਿਊ ਦਿੱਤਾ 1 ਸਟਾਰ ਦਿੱਤਾ ਮੈਂ 1 ਵਾਰ ਦਊਂਗਾ 2 ਵਾਰ ਦਊਂਗਾ 3 ਵਾਰ ਦਊਂਗਾ ਮੇਰੀ ਕ੍ਰੈਡੀਬਿਲਿਟੀ ਖਤਮ ਹੋ ਜੂਗੀ ਤੁਸੀਂ ਇਸ ਗੱਲ ਨੂੰ ਤਾਂ ਮਤਲਬ ਉਹ ਨੋ ਡਾਊਟ ਹੈ ਕਿ ਤੁਸੀਂ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਪ੍ਰੋਡਕਸ਼ਨ ਹਾਊਸ ਛੋਟਾ ਸੀਗਾ ਉਹ ਵਿਚਾਰਾ ਦੁਬਾਰਾ ਮੂਵੀ ਨਹੀਂ ਕਰ ਪਾਏਗਾ ਉਹ ਮੈਂ ਐਗਰੀ ਹਾਂ ਉਸ ਦੇ ਨਾਲ ਪਰ ਪੁਆਇੰਟ ਇਹ ਕਿ ਤੁਸੀਂ ਇਹ ਵੀ ਗੱਲ ਦਾ ਧਿਆਨ ਰੱਖੋ ਕਿ ਜਿਸ ਰਿਵਿਊ ਕਰਨ ਵਾਲੇ ਬੰਦੇ ਨੇ 1 ਵਾਰੀ ਗਲਤ ਕਰਤਾ 2 ਵਾਰੀ ਗਲਤ ਕਰਤਾ ਅੱਛਾ ਤੁਸੀਂ ਆਪਣੀ ਗੱਲ ਦੱਸੋ ਕਿ ਤੁਸੀਂ ਇੱਕ ਬੰਦੇ ਨੂੰ ਰਿਵਿਊ ਉਸਦਾ ਪੜ੍ਹ ਕੇ ਮੂਵੀ ਦੇਖਣ ਜਾਂਦੇ ਹੋ ਠੀਕ ਹੈ ਤੁਸੀਂ 1 ਵਾਰੀ ਗਏ ਤੁਸੀਂ 5 ਪੁਆਇੰਟ ਦਿੱਤੇ ਹੋਏ ਸੀ ਤੁਸੀਂ ਜਾ ਕੇ ਆ ਕੇ ਗਾਲਾਂ ਕੱਢੀਆਂ ਕਿ ਯਾਰ ਇੱਕ ਕੀ 5 ਪੁਆਇੰਟ ਦਿੱਤੇ ਹੋਏ ਸੀ ਉਹਨੇ ਕਿ ਮੇਰੇ ਹਿਸਾਬ ਨਾਲ ਤਾਂ 1 ਪੁਆਇੰਟ ਨਹੀਂ ਬਣਦਾ ਚਲੋ ਤੁਸੀਂ ਦੂਸਰੀ ਵਾਰੀ ਫਿਰ ਉਹਦੀ ਗੱਲ ਮੰਨ ਲਓਗੇ ਹੈ ਨਾ ਫਿਰ ਮੂਵੀ ਦੇਖਣ ਚਲੇ ਗਏ ਤੁਸੀਂ ਫਿਰ 250-300 ਰੁਪਏ ਦੀ ਟਿਕਟ ਖਰੀਦੀ ਮਤਲਬ ਤੁਸੀਂ ਉੱਥੇ ਆਪਣੇ ਕਿਸੇ ਦੋਸਤ ਦੇ ਨਾਲ ਗਏ 500-700 ਰੁਪਏ ਖਰਚ ਕਰ ਦਿੱਤਾ ਅੱਛਾ 5 ਦੇ ਵਿੱਚੋਂ 5 ਦਿੱਤੇ ਸੀ ਤੁਸੀਂ ਘਰ ਆ ਕੇ ਫਿਰ ਕਿਹਾ ਕਿ ਨਹੀਂ ਯਾਰ ਇਹ ਤਾਂ 1 ਨੰਬਰ ਵਾਲੀ ਮੂਵੀ ਵੀ ਨਹੀਂ ਸੀਗੀ ਤੀਜੀ ਵਾਰ ਤੁਸੀਂ ਵੀ ਨਹੀਂ ਮੰਨਣਾ ਤੁਸੀਂ ਮੇਰਾ ਰਿਵਿਊ ਨਹੀਂ ਮੰਨਣਾ ਤੁਸੀਂ ਕਹਿਣਾ ਇਹ ਹੁਣ ਚਾਹੇ 1 ਦੇਵੇ ਚਾਹੇ 5 ਦੇਵੇ ਇਹਦਾ ਰਿਵਿਊ ਦੇਖ ਕੇ ਮੈਂ ਮੂਵੀ ਦੇਖਣ ਨਹੀਂ ਜਾਂਦਾ ਉਹ 2 ਵਾਰ ਫਰਕ ਤਾਂ ਪੈਂਦਾ ਸਰ ਭਾਂਡੇ ਵੇਖਿਆ ਤੁਸੀਂ ਵਿਚਾਰੇ ਦੇ ਜੀ ਮਤਲਬ ਨਹੀਂ ਮੈਂ ਉਹ ਐਗਰੀ ਹੈ ਪਰ ਮੈਂ ਦੱਸਾਂ ਦੋ ਵਾਰ ਤਾਂ ਦੂਜੀ ਵਾਰ ਤਾਂ ਸਾਈਨ ਨਹੀਂ ਹੁੰਦਾ ਪ੍ਰੋਡਕਸ਼ਨ ਉਹ ਐਗਰੀ ਹੈ ਮੈਂ ਤਾਂ ਪਹਿਲੀ ਵਾਰ ਚ ਹੀ ਹੋ ਜਾਂਦਾ ਦੇਖੋ ਇਫੈਕਟ ਤਾਂ ਹਰ ਕਿਸੇ ਦੇ ਉੱਪਰ ਪੈ ਰਿਹਾ ਬਹੁਤ ਬਹੁਤ ਵੱਡਾ ਬਾਕੀ ਹੈ ਕਿ ਪ੍ਰੋਡਕਸ਼ਨ ਹਾਊਸ ਵੱਡਾ ਹੋਣ ਨਾਲ ਸਰ ਨੇ ਜਿਵੇਂ ਕਿਹਾ ਨਾ ਯੰਗ ਯੰਗ ਟੈਲੈਂਟ ਨੂੰ ਹਾਂ ਭਾਜੀ ਦੇਖੋ ਨਾ ਸਰ ਨੇ ਕਿਹਾ ਕਿ ਯੰਗ ਟੈਲੈਂਟ ਨੂੰ ਸਭ ਤੋਂ ਜੇ ਤੁਸੀਂ ਸਾਥ ਦੇਣ ਲੱਗ ਜਾਓ ਨਾ ਇੱਥੇ ਜੇ ਤੁਸੀਂ ਸਾਥ ਦੇਣ ਲੱਗ ਜਾਓ ਕਿਸੇ ਦੀ ਕੋਈ ਮਜਾਲ ਹੈ ਵੀ ਯੰਗ ਟੈਲੈਂਟ ਮੂਰੇ ਨਾ ਆਵੇ ਵੈਰੀ ਗੁੱਡ ਹੁਣ ਜਾਂਦੇ ਜਾਂਦੇ ਭਾਜੀ ਮਾਹੌਲ ਨੂੰ ਥੋੜਾ ਲਾਈਟ ਕਰ ਜਾਂਦੇ ਆ ਤਾਂ ਕਿ ਤੁਹਾਨੂੰ ਕੁਝ ਐ ਨਾ ਲੱਗੇ ਕਿ ਉਹ ਕਿ ਐਕਟਰ ਨਾ ਐਕਟਰ ਜਜ਼ਬਾਤੀ ਹੁੰਦੇ ਆ ਉਹਨੂੰ ਥੋੜੀ ਦੇਰ ਲਈ ਲੱਗਿਆ ਮੈਨੂੰ ਪੱਤਰਕਾਰ ਦਾ ਰੋਲ ਮਿਲਿਆ ਉਹੀ ਕਹ ਰਹੇ ਪੱਤਰਕਾਰ ਦੇ ਬੇਸਿਕਲੀ ਕਲਾਕਾਰ ਬੰਦਾ ਆ ਤੇ 2 ਲਾਈਨਾਂ ਭਾਜੀ ਨੂੰ ਸੁਣਾ ਫਿਰ ਭਾਜੀ ਨੂੰ ਆਪਾਂ ਮਿਊਜ਼ੀਕਲੀ ਤੁਸੀਂ ਉਹ ਜਦੋਂ ਯੂਥ ਫੈਸਟੀਵਲ ਤੇ ਭੰਗੜਾ ਆਉਂਦਾ ਹੁੰਦਾ ਨਾ ਭੰਗੜੇ ਤੋਂ ਪਹਿਲਾਂ ਜਿਹੜੇ ਉਹ ਐਂਟਰੀ ਕਰਦੇ ਹੁੰਦੇ ਨੇ ਮਾੜੀ ਬੋਲ ਦੋ ਉਹ ਤੋਂ ਬਾਅਦ ਸ਼ੇਰ ਮੈਂ ਬੋਲ ਦੂ ਇਸ ਦੇ ਨਾਲ ਮੇਰਾ ਤੀਸਰਾ ਤੇ ਆਖਰੀ ਸੱਦਾ ਮਹਿੰਦਰਾ ਕਾਲਜ ਪਟਿਆਲਾ 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 ਹੋਇਆ ਲਫੈਸ ਟੌਲ ਦੀ ਤਾਲ ਉੱਤੇ
ਹੋਏ ਇਸ ਧਰਤੀ ਦਾ ਤਿਲ ਤਿਲ ਨੱਚੇ ਅੱਡਗੇ ਤੀਲੀ ਦਾ ਜਦੋਂ ਵੀ ਮੇਲ ਹੁੰਦਾ ਉਦੋਂ ਪੱਬ ਨੱਚੇ ਆਏ ਨਾਲੇ ਦਿਲ ਨੱਚੇ ਇੱਕ ਹੱਥ ਜੋੜੀ ਦੂਜੇ ਹੱਥ ਚਿਮਟਾ ਹੱਥ ਜੀ ਤੂੰ ਵਿਧੀ ਤੁਣਕਾਰ ਨੱਚੇ ਉਦੋਂ ਜੱਗ ਨੱਚੇ ਤੇ ਨਾਲੇ ਰੱਬ ਨੱਚੇ ਹਸਾਈਆਂ ਭੰਗੜੇ ਚ ਜਦੋਂ ਸਰਦਾਰ ਨੱਚੇ ਦੇਖੋ ਤੁਸੀਂ ਰਿਵਿਊ ਵੀ ਦੇਣੇ ਇਮਾਨਦਾਰੀ ਨਾਲ ਰਿਵਿਊ ਤਾਂ ਮੈਂ ਉਹੀ ਕਹਿ ਰਿਹਾ ਸੀ ਉਹ ਤੋਂ ਪਹਿਲਾਂ 16 ਸੁਣਨ ਤੋਂ ਬਾਅਦ ਮੈਂ ਤਾਂ 5 ਚੋਂ 5 ਰਿਵਿਊ ਹੁਣ ਹੀ ਦੇ ਕੇ ਜਾ ਰਹੇ ਕਿਆ ਬਾਤ ਹੈ ਤੁਹਾਡਾ ਆਸ਼ੀਰਵਾਦ ਤੁਹਾਡਾ ਬੈਸਟ ਵਿਸ਼ ਆਸ਼ੀਰਵਾਦ ਨਹੀਂ ਇਹ ਪਤਾ ਭਰਾ ਹੈ ਤੇ ਮਤਲਬ ਮੇਰੇ ਤਾਂ ਬੈਸਟ ਵਿਸ਼ੇਸ ਹੈ ਬਹੁਤ ਜ਼ਿਆਦਾ ਪੂਰੀ ਟੀਮ ਨੂੰ ਥੈਂਕ ਯੂ ਸ਼ੁਕਰੀਆ ਬਿਲਕੁਲ ਜੀ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਭੁੱਲ ਚੁੱਕ ਮਾਰ ਟੂ ਹੈਵ ਯੂ ਭਾਜੀ ਸੋਹੀ ਸਾਹਿਬ ਪੇਰੈਂਟਸ ਦਾ ਸੁਪਨਾ ਹੋਰ ਹੁੰਦਾ ਹੈ ਨਾ ਅੱਜ ਕੱਲ੍ਹ ਤਾਂ ਹਰ ਬੰਦਾ ਚਾਹੁੰਦਾ ਸਾਡਾ ਬੱਚਾ ਗਾਇਕੀ ਜਾਵੇ ਚ ਜਾਵੇ ਬਿਲਕੁਲ ਜਿਹੜਾ ਕਲਾਕਾਰ ਹੁੰਦਾ ਉਹਦੇ ਸੁਪਨੇ ਹੋਰ ਹੁੰਦੇ ਆ ਤੁਹਾਡੇ 'ਚ ਵੀ ਇਹ ਬੈਰੀਅਰ ਆਇਆ ਨਾ ਕਿਉਂਕਿ ਪਿਤਾ ਜੀ ਡਾਕਟਰ ਸੀਗੇ ਅਤੇ ਉਹ ਤੁਹਾਡਾ ਸੁਪਨਾ ਆਹ ਕਲਾਕਾਰੀ ਵਾਲਾ ਜੋ ਵੀ ਜਿਹਨੂੰ ਕਹਿੰਦਾ ਉਦੋਂ ਮਰਾਸ ਪਾਉਣਾ ਤੇ ਤੁਸੀਂ ਬਣ ਵੀ ਗਏ ਅੱਜ ਜੋ ਆਹ ਦਿਖਾਇਆ ਹੈ ਮਹਾਰਾਜ ਇਹ ਕੋਈ ਮਾਮੂਲੀ ਬੰਦਾ ਨਹੀਂ ਕਰ ਸਕਦਾ ਯਾਰ ਇੰਨਾ ਨਹੀਂ ਕਿੱਥੇ ਬਾਰੇ ਜਾਣਨਾ ਚਾਹੀਦਾ ਗੱਲਾਂ ਸਹੀ ਨੇ ਤੇ ਉਹ ਸੁਪਨਾ ਜਿਹੜਾ ਬੈਰੀਅਰ ਹੈ ਉਹ ਕਿੱਦਾਂ ਫਿਰ ਪੂਰਾ ਕੀਤਾ ਉਹ ਸੁਪਨਾ ਪੂਰਾ ਕਰਨ 'ਚ ਵੀ ਬਜ਼ੁਰਗਾਂ ਦਾ ਹੱਥ ਹੈ ਬਜ਼ੁਰਗਾਂ ਦਾ ਹੱਥ ਹੈ ਪਾਪਾ ਜੀ ਦਾ ਉਹਨਾਂ ਨੇ ਥੋੜ੍ਹਾ ਜਿਹਾ ਟਾਈਮ ਲੈਂਦੇ ਸੀ ਓਕੇ ਕਰਨ ਨੂੰ ਜਦੋਂ ਮੈਨੂੰ ਇਹ ਭੂਤ ਚੜ੍ਹਿਆ ਫਿਲਮ ਐਕਟਰ ਬਣਨ ਦਾ ਮੈਂ ਲੁਧਿਆਣੇ ਗਿਆ ਜਾਣ ਬੁੱਝ ਕੇ ਨਾਲ ਇੱਕ ਤੋਤਿਆਂ ਚਿੜੀਆਂ ਵਾਲਾ ਜਿਹੜਾ ਝੋਲਾ ਹੁੰਦਾ ਸੀ ਬੈਗ ਨਹੀਂ ਕਹਿੰਦੇ ਝੋਲਾ ਹੀ ਕਹਿੰਦੇ ਸੀ ਝੋਲਾ ਵੀ ਮੋਢੇ ਪਾਇਆ ਹੋਇਆ ਸੀਗਾ ਉੱਥੇ ਗਿਆ ਤੁਰਦੇ ਫਿਰਦੇ ਮਾੜਾ ਜਿਹਾ ਸਮਾਨ ਖਰੀਦਿਆ 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 ਕਰਦੇ ਗਏ ਯਾਰ ਆਹ ਹੇਅਰ ਕਟਿੰਗ ਸਲੂਨ ਤਾਂ ਜਾਣਦੇ ਨੇ ਸੀ ਆਹ ਨਾਈ ਦੀ ਦੁਕਾਨ ਵਧੀਆ ਲੱਗਦੀ ਹੈ ਫਰਾ ਤੀ ਕੈਂਚੀ ਕੈਂਚੀ ਫਰਾ ਕੇ ਪੱਗ ਲਾ ਕੇ ਪਾ ਲਈ ਝੋਲੇ 'ਚ ਬਾਹਰ ਨਿਕਲਿਆ ਮੈਂ ਉੱਥੋਂ ਨਾਈ ਦੀ ਦੁਕਾਨ 'ਚੋਂ ਮੈਨੂੰ ਇੱਦਾਂ ਲੱਗੇ ਵੀ ਸਾਰਾ ਲੁਧਿਆਣਾ ਮੈਨੂੰ ਹੀ ਦੇਖ ਰਿਹਾ ਮੈਂ ਇੱਕ ਥਾਂ ਦੂਜੇ ਥਾਂ 'ਤੇ ਮੈਨੂੰ ਸ਼ੀਸ਼ਾ ਜਿਹਾ ਮਿਲਿਆ ਮੈਂ ਖੜ ਕੇ ਪੱਗ ਫੇਰ ਬੰਨ ਲਈ ਮੈਨੂੰ ਆਪਦੇ ਆਪ ਤੋਂ ਸ਼ੀਸ਼ਾ ਦੇ ਕੇ ਸੰਗ ਲੱਗੀ ਜਾਵੇ ਵਾਲ ਬੜੇ ਥੋੜ੍ਹੇ ਕੱਟੇ ਹੋਣੇ ਮੈਂ ਕੰਘਾ ਕੁੰਘਾ ਮਾਰ ਕੇ ਪਰ ਮੇਤੋਂ ਲੋਕਾਂ ਦੀਆਂ ਨਜ਼ਰਾਂ ਦਾ ਸਾਹਮਣਾ ਨਾ ਹੋਇਆ ਪਿੰਡ ਜਾਣਾ ਸੀ ਪਿੰਡ ਜਾਣਾ ਪੱਗ ਤਾਂ ਫੇਰ ਬੰਨ੍ਹਣੀ ਪੈ ਗਈ ਬੰਨ ਲਈ ਪੱਗ ਪੱਗ ਬੰਨ ਕੇ ਪਿੰਡ ਮੈਂ ਜਾ ਕੇ 2-2.5 ਮਹੀਨੇ ਢਹੀ ਟੈਂ ਢਹੀ ਜਿਹੀ ਪੱਗ ਬੰਨ ਲੈਣੀ ਕਿ ਗਿੱਚੀ ਤੋਂ ਇੱਥੋਂ ਪਤਾ ਨਾ ਲੱਗ ਜੇ ਵੀ ਵਾਲ ਕੱਟੇ ਹੋਏ ਆ ਹੁਣ ਕਿਹਤੋਂ ਲੁਕੋ ਰਿਹਾ ਮਾਪਿਆਂ ਤੋਂ 15-20 ਦਿਨ ਬਾਅਦ ਪਾਪਾ ਜੀ ਕਹਿੰਦੇ ਉਹ ਬੇਟਾ ਤੂੰ ਆ ਢਹੀ ਜਿਹੀ ਪੱਗ ਕਿਉਂ ਬੰਨਣ ਲੱਗ ਗਿਆ ਕੀ ਹੋ ਗਿਆ ਮੈਂ ਕਿਹਾ ਨਹੀਂ ਉਹੀ ਬਸ ਤੁਹਾਨੂੰ ਭੁਲੇਖਾ ਪੈ ਗਿਆ ਢਹੀ ਦੀ ਪੱਗ ਤਾਂ ਮੈਂ ਠੀਕ ਬੰਨਦਾ ਨਾ ਨਾ ਤਾਂ ਉਹ ਗੜਬੜ ਹੈਗੀ ਆ ਪੁੱਤ ਦੱਸ ਤਾਂ ਕੀ ਆ ਮੈਂ ਕਿਹਾ ਪਾਪਾ ਜੀ ਮਾਰ ਦੇ ਤਾਂ ਨਹੀਂ ਜੇ ਨਹੀਂ ਦੱਸੇਗਾ ਫਿਰ ਮਾਰੂੰਗਾ ਮੈਂ ਕਿਹਾ ਜੀ ਮੈਂ ਐਕਟਰ ਬਣਨਾ ਚੁੱਪ ਕਰ ਗਏ ਮੇਰੇ ਨਾਲ 2-2.5 ਮਹੀਨੇ ਉਹਨਾਂ ਨੇ ਚੱਜ ਨਾਲ ਕਲਾਮ ਨਹੀਂ ਕੀਤਾ ਬੁਲਾਉਣਾ ਛੱਡਤਾ 2-2.5 ਮਹੀਨੇ ਬਾਅਦ ਕਹਿੰਦੇ ਹੁਣ ਕਿੰਨੀ ਦੇਰ ਆਪਾਂ ਚੁੱਪ ਰਹਾਂਗੇ ਪਿਓ ਪੁੱਤ ਤੂੰ ਦੱਸ ਬਈ ਇਹ ਫਿਲਮ ਐਕਟਰ ਬਣਨ ਦਾ ਤੈਨੂੰ ਲੱਗਦਾ ਵੀ ਤੂੰ ਬਣ ਜਾਏਗਾ ਹਾਂ ਪਾਪਾ ਮੈਂ ਕੌਨਫੀਡੈਂਟ ਹਾਂ ਹਾਲਾਂਕਿ ਮੈਂ ਕਦੇ ਐਕਟਿੰਗ ਅੱਜ ਤੱਕ ਨਹੀਂ ਕੀਤੀ ਸਕੂਲ 'ਚ
ਬਾਲ ਸਭਾ ਹਾਂ ਉਹ ਬਾਲ ਸਭਾ 'ਚ ਗਾਣੇ ਗੁਣੇ ਗਾਏ ਨੇ ਉੱਥੇ ਵਧੀਆ ਤਾੜੀਆਂ ਤੂੜੀਆਂ ਪੈਂਦੀਆਂ ਰਹੀਆਂ ਨੇ ਬਸ ਇੰਨਾ ਕੀ ਬਾਲ ਸਭਾ 'ਚ ਉਹ ਕਵੀਸ਼ਰੀਆਂ ਵੀ ਗਾਈਆਂ ਨੇ ਪਿੰਡ 'ਚ ਜਦੋਂ ਆਪਣੇ ਅੱਛਾ ਮੈਂ ਥੋੜ੍ਹਾ ਇਹ ਤੁਹਾਡੇ ਕੋਲ ਸੁਣਨਾ ਵੀ ਆਪਾਂ ਦੋ ਲਾਈਨਾਂ ਪਲੀਜ਼ ਇੱਦਾਂ ਨਹੀਂ ਹੁਣ ਸਾਨੂੰ ਤੁਸੀਂ ਪੁਰਾਣੀਆਂ ਕਹਾਣੀਆਂ ਤਾਂ ਸੁਣਾਤੀਆਂ ਅਤੇ ਪ੍ਰੈਕਟੀਕਲ ਆ ਮੁੰਡਾ ਸਿੰਗਰ ਬੈਠਾ ਆ ਹਾਂ ਹਾਂ ਅਤੇ ਹੈ ਨਾ ਅਤੇ ਇਹ ਥੋੜ੍ਹਾ ਜਿਹਾ ਦੋ ਲਾਈਨਾਂ ਵਿੱਚ ਕੁਛ ਵੀ ਗੁਣਗੁਣਾ ਦਿਉ ਜੇ ਮਜ਼ਾ ਨਹੀਂ ਤਾਂ ਬਾਅਦ 'ਚ ਹੁਣ ਜੇ ਕੰਫਰਟ ਆਉਣਾ ਹੀ ਥੋੜ੍ਹਾ ਮਾਹੌਲ ਬਣ ਜੇ ਉਹਦੀ ਵੀ ਭੂਮਿਕਾ ਜੀ ਬੰਨ ਦੇਣਾ ਹਾਂਜੀ ਅੱਜ ਕੱਲ੍ਹ ਚਿੱਟੇ ਬਾਰੇ ਬਹੁਤ ਰੌਲਾ ਪੈਂਦਾ ਵੀ ਇਹ ਨਸ਼ਾ ਬਹੁਤ ਭੈੜਾ ਜੀ ਸਾਡੀ ਜਵਾਨੀ ਮਾਰਤੀ ਹਾਂ ਉਦੋਂ ਜਦੋਂ ਮੈਂ ਬੱਚਾ ਸੀ ਉਦੋਂ ਲੋਕ ਅੰਗਰੇਜ਼ਾਂ ਨੂੰ ਗਾਲਾਂ ਕੱਢਦੇ ਹੁੰਦੇ ਸੀ ਕਿ ਅੰਗਰੇਜ਼ ਆਏ ਇੱਥੇ ਜਾਂਦੇ ਜਾਂਦੇ ਚਾਹ ਛੱਡ ਗਏ ਚਾਹ ਪੀਣ ਲੱਗ ਪਏ ਸਾਰੇ ਚਾਹ ਨੂੰ ਨਸ਼ਾ ਮੰਨਦੇ ਸੀ ਉਹ ਇਹੋ ਜਿਹਾ ਜ਼ਮਾਨਾ ਸੀ ਚਾਹ ਨੂੰ ਨਸ਼ਾ ਮੰਨਦੇ ਅੱਜ ਕੱਲ੍ਹ ਚਾਹ ਪਾਣੀ ਪੀਤਾ ਕਿ ਨਹੀਂ ਭਾਈ ਸੇਵਾ 'ਚ ਸ਼ਾਮਿਲ ਹੋ ਗਿਆ ਉਦੋਂ ਦੁੱਧ ਹੁੰਦਾ ਸੀ ਲੱਸੀ ਹੁੰਦੀ ਸੀ ਚਾਹ ਨਹੀਂ ਸੀ ਹੁੰਦੀ ਚਾਹ ਨੂੰ ਲੋਕ ਗਾਲਾਂ ਕੱਢਦੇ ਸੀ ਉਹ ਬੁੜੀਆਂ ਆਪਸ ਵਿੱਚ ਹੀ ਜਿਵੇਂ ਗੱਲਾਂ ਕਰਦੀਆਂ ਹੁੰਦੀਆਂ ਨੇ ਇਸ ਤਰ੍ਹਾਂ ਦੀ ਚਾਹ 'ਤੇ ਇੱਕ ਕਵਿਤਾ ਗੀਤ ਟਾਈਪ ਜਿਹਾ ਕੁਝ ਲਿਖਿਆ ਹੋਇਆ ਸੀ ਉਹ ਮੇਰੇ ਇੱਕ ਉਹਦਾ ਅੰਤਰਾ ਜਿਹਾ ਥੋੜ੍ਹਾ ਜਿਹਾ ਯਾਦ ਪਲੀਜ਼ ਪਲੀਜ਼ ਜਦੋਂ ਅਮਲੀ ਦਾ ਹੱਥ ਫਿਰ ਜਾਵੇ ਮੁੱਠੀ ਭਰ ਕੇ ਨਰੋਈ ਪਾਵੇ ਉਹਨੂੰ ਅਜੇ ਵੀ ਸਬਰ ਨਾ ਆਵੇ ਕਰ ਲੈਂਦਾ ਕਾਲੀ ਕੱਟ ਪੈਣੇ ਨਹੀਂ ਦਿੱਤੇ ਚਾਹ ਚੰਦਰੀ ਨੇ ਪੱਟ ਪੈਣੇ ਸੋਈ ਸਾਹਿਬ ਤੁਹਾਡੀ ਮੈਂ ਹੁਣੇ ਜਦੋਂ ਤੁਸੀਂ ਬੋਲ ਰਹੇ ਸੀਗੇ ਨਾ ਤੁਹਾਡੀ ਆਵਾਜ਼ ਹੈ ਜਿਵੇਂ ਯੋਗਰਾਜ ਭਾਜੀ ਕਿਉਂਕਿ ਉੱਦਾਂ ਹੀ ਜਿਵੇਂ ਸਿਨੇਮੇ 'ਚ ਤੁਹਾਡੀ ਆਵਾਜ਼ ਹੁੰਦੀ ਨਾ ਐਕਟਰ ਦੀ ਪਹਿਚਾਣ ਆਵਾਜ਼ ਹੁੰਦੀ ਆ ਤੁਹਾਡੀ ਆਵਾਜ਼ ਬੜੀ ਵਧੀਆ ਬਟ ਜਿਹੜਾ ਤੁਸੀਂ ਗਾਇਆ ਹੁਣ ਜਿਹੜਾ ਆਹ ਹੱਥ ਰੱਖਿਆ ਨਾ ਇਹਦੇ 'ਚ ਬੜਾ ਕੁਛ ਹੈ ਇਹਦੇ 'ਚ ਬੜਾ ਕੁਛ ਹੈ ਤਾੜੀਆਂ ਭਾਜੀ ਸਰ ਮੈਨੂੰ ਇਹ ਗੱਲ ਪੁੱਛਣੀ ਹੈ ਕਿ ਤੁਹਾਡੀ ਪਹਿਲੀ ਫਿਲਮ ਤੋਂ ਬਾਅਦ ਤੁਹਾਡੇ ਲਈ ਕਈ ਰਾਹ ਖੁੱਲੇ ਜਾਂ ਤੁਹਾਨੂੰ ਵੇਟ ਕਰਨੀ ਪਈ ਪਹਿਲੀ ਫਿਲਮ ਤੁਹਾਡੀ ਆਈ ਥਿੰਕ ਲੌਂਗ ਦਾ ਲਿਸ਼ਕਾਰਾ ਜੀ ਹਾਂ ਤੇ ਹੈ ਮੇਰੀ ਫੇਵਰੇਟ ਕੀ ਬਾਤ ਹੈ ਉਹਦੇ ਵਿੱਚ ਰੋਲ ਵੱਡਾ ਹੋਵੇ ਛੋਟਾ ਹੋਵੇ ਕਹਿਣ ਦਾ ਮਤਲਬ ਉਹ ਤੋਂ ਬਾਅਦ ਤੁਹਾਨੂੰ ਲਾਈਮ ਲਾਈਟ ਮਿਲੀ ਜਾਂ ਉਹ ਤੋਂ ਬਾਅਦ ਵੇਟ ਕਰਨਾ ਪਿਆ ਸਫਲਤਾ ਵਾਸਤੇ ਇੱਕਦਮ ਆਈਆਂ ਸੀ ਆਫਰਾਂ ਵੇਟ ਤਾਂ ਉਦੋਂ ਫਿਲਮਾਂ ਬਹੁਤ ਘੱਟ ਗਿਣਤੀ ਬਹੁਤ ਘੱਟ ਬਣਦੀ ਸੀ ਹਾਂ ਬਹੁਤ ਸਹੀ ਗੱਲ ਉਸ ਤੋਂ ਫੌਰਨ ਬਾਅਦ ਹੀ ਟਿਵਾਣਾ ਸਾਹਿਬ ਨੇ ਦੂਸਰੀ ਫਿਲਮ ਸ਼ੁਰੂ ਕਰਤੀ ਸੀ ਦੀਵਾ ਬਲੇ ਸਾਰੀ ਰਾਤ ਹਾਂ ਉਹ ਹੋਇਆ ਮੈਨੂੰ ਟਿਵਾਣਾ ਸਾਹਿਬ ਦੀ ਇਹ ਜਿਹੜਾ ਮੈਨੂੰ ਬਣਾਉਣ 'ਚ ਮੇਰਾ ਨਾਂ ਸਰਦਾਰ ਸੋਈ ਰੱਖਣ 'ਚ ਵੱਡਾ ਹੱਥ ਉਹਨਾਂ ਦਾ ਹੀ ਹੈ ਟਿਵਾਣਾ ਸਾਹਿਬ ਦਾ ਉਹ ਜਿਹੜੀ ਸੈਕਿੰਡ ਪਹਿਲੀ ਫਿਲਮ ਤੋਂ ਮੈਨੂੰ ਓਮਪੁਰੀ ਸਾਹਿਬ ਰਾਜ ਬੱਬਰ ਉਸ ਰਵਿੰਦਰ ਪੀਪਟ ਵਰਗੇ ਡਾਇਰੈਕਟਰ ਇਹ ਲੋਕ ਸਾਰੇ ਲੋਕ ਮੈਨੂੰ ਜਾਣਨ ਲੱਗ ਗਏ ਦੂਜੀ ਫਿਲਮ ਕੀਤੀ ਦੂਜੀ ਫਿਲਮ 'ਚ ਕੈਮਰਾਮੈਨ ਮੈਨੂੰ ਕਿਹਾ ਉਹ ਅਦੀਪ ਟੰਡਨ ਕੈਮਰਾਮੈਨ ਸੀ ਜਿਹੜੇ ਮਹੇਸ਼ ਪਟੇਲ ਦੀਆਂ ਫਿਲਮਾਂ ਵੀ ਕੀਤੀਆਂ ਸੀ ਅਰੇ ਸੋਈ ਤੂੰ ਇਤਨਾ ਟੈਲੈਂਟਡ ਹੈ ਯਹਾਂ ਕਿਆ ਕਰ ਰਿਹਾ ਯਾਰ ਤੂੰ ਬੰਬੇ ਕਿਉਂ ਨਹੀਂ ਆਤਾ ਆ ਜਾ ਬੰਬੇ ਤੂੰ ਬਣੇਗਾ ਕੁਛ ਨਿਕਲ ਜਾ ਯਹਾਂ ਸੇ ਉਹ ਇੰਨੀ ਕੁ ਹੱਲਾਸ਼ੇਰੀ ਮਿਲਣ ਦੀ ਦੇਰ ਸੀ ਇੱਕ ਮੁੰਡਾ ਏਡੀ ਹੁੰਦਾ ਸੀ ਯਾਰ ਆਪਾਂ ਰਲ ਕੇ ਉੱਥੇ ਇਕੱਠੇ ਇੱਕ ਰੂਮ ਸ਼ੇਅਰ ਕਰ ਲਾਂਗੇ ਪੀ ਜੀ ਸਵਾਦ ਇਹ ਚੀਜ਼ 'ਚ ਆ ਬਸ ਆਪਾਂ ਨਿਕਲ ਗਏ ਉੱਥੇ ਨੂੰ ਫਿਰ ਉਹ ਥੀਏਟਰ ਛੱਡ ਕੇ ਪਹਿਲੀ ਵਾਰੀ ਜਿਹੜਾ ਪ੍ਰੋਪਰ ਸਟਰਗਲ ਕਰਨ ਵਾਸਤੇ ਜਾਣਾ ਉਹ ਮੈਂ 87 'ਚ ਉਹ ਮੁੰਡੇ ਦੇ ਕਹੇ ਤੋਂ ਉਹਦਾ ਨਾਂ ਕ੍ਰਿਸ਼ਨ ਲਾਂਬਾ ਹੁੰਦਾ ਸੀ ਇੱਥੋਂ ਦਾ ਮਤਲਬ ਕਹਿਣ ਦਾ ਮਤਲਬ ਤੁਹਾਨੂੰ ਉਤੋਂ ਫਿਲਮ ਤੋਂ ਬਾਅਦ ਵੀ ਜਾਣਾ ਪਿਆ ਫਿਲਮ ਤੋਂ ਬਾਅਦ ਬੰਬੇ ਜਾਣਾ ਫਿਲਮ ਤੋਂ ਬਾਅਦ ਬੰਬੇ ਗਿਆ ਬੰਬੇ ਗਿਆ ਉਹ ਫਿਰ ਦਬਾ ਕੇ ਬਹੁਤ ਟਾਈਮ ਲਾਇਆ ਮੈਂ 87 ਤੋਂ ਮੈਂ 2011 'ਚ ਵਾਪਸ ਆਇਆ ਪੰਜਾਬ ਇੰਨੇ ਸਾਲ ਉੱਥੇ ਬਹੁਤ ਕੁਛ ਸਿੱਖਿਆ ਵੱਡੇ ਵੱਡੇ ਲੋਕਾਂ ਨਾਲ ਕੰਮ ਕੀਤਾ ਅਮਰੀਸ਼ ਪੁਰੀ ਸਾਹਿਬ ਨਾਲ 3 ਫਿਲਮਾਂ ਕੀਤੀਆਂ ਬੇਸ਼ੱਕ ਰੋਲ ਛੋਟੇ ਛੋਟੇ ਸੀ ਹੁਣ ਤੁਹਾਡਾ ਬੰਬੇ ਦਾ ਸਫ਼ਰ ਸ਼ੁਰੂ ਹੋ ਗਿਆ ਯੈਸ ਐਡੇ ਦਿੱਗਜ ਬੰਦਿਆਂ ਨਾਲ ਤਿੰਨ ਫਿਲਮਾਂ ਕੀਤੀਆਂ ਉਹਨਾਂ ਨਾਲ ਦਿਵਯ ਸ਼ਕਤੀ ਕੀਤੀ ਅਮਰੀਸ਼ ਪੁਰੀ ਸਾਹਿਬ ਨਾਲ ਜਿੱਥੇ ਉਹਨਾਂ ਦੀ ਗਰਦਨ ਜੀ ਟੁੱਟੀ ਹੁੰਦੀ ਪਹਿਲਵਾਨ ਅਜੇ ਦੇਵਗਨ ਹਾਂ ਤਾਊ ਬਣੇ ਹੁੰਦੇ ਆ ਅਜੇ ਦੇਵਗਨ ਦੀਪ ਢਿੱਲੋਂ ਸਿਰ ਪਛਾੜ ਤੇ ਖੜੇ ਹੁੰਦੇ ਆ ਅਕਸ਼ੇ ਨਾਲ ਵੀ ਇੱਕ ਫਿਲਮ ਕੀਤੀ ਸੀ ਪਹਿਲੀ ਫਿਲਮ ਮੈਂ ਬੰਬੇ ਗਿਆ ਸੀ 87 'ਚ ਮੈਨੂੰ ਬਲਦੇਵ ਗਿੱਲ ਯੋਗਰਾਜ ਸੇੜਾ ਸਾਹਿਬ ਜੀ ਆਉਂਦੇ ਸੀ ਯੋਗਰਾਜ ਸੇੜਾ ਪ੍ਰੋਡਿਊਸਰ ਸੀਗੇ ਸੋਹੀ ਆ ਗਿਆ ਸੋਹੀ ਆ ਗਿਆ ਸੋਹੀ ਸੋਹੀ ਯਾਰ ਇੱਕ ਇੱਕ ਛੋਟਾ ਜਿਹਾ ਰੋਲ ਹੈ ਅਮਰੀਸ਼ ਪੁਰੀ ਸਾਹਿਬ ਨਾਲ ਹੈ ਕਰੇਗਾ ਮੈਂ ਯਾਰ ਨਾ ਕੀ ਪਾਲੇ ਦੋਖਾਂ ਯੈਸ ਕਰੂੰਗਾ ਕਿਉਂ ਨਹੀਂ ਕਰੂੰਗਾ ਮੈਂ ਤਾਂ ਲੱਕੀ ਹਾਂ ਯਾਰ ਮੈਂ ਅਮਰੀਸ਼ ਪੁਰੀ ਸਾਹਿਬ ਦੇ ਸਾਹਮਣੇ ਖੜਾ ਹੋਊਂਗਾ ਉਹ ਇੱਕ ਹਵਾਲਦਾਰ ਦਾ ਰੋਲ ਸੀ ਜੇਲ੍ਹ ਦੇ ਵਿੱਚ ਉਹ ਕੀਤਾ ਉਹ ਵੀ ਐਕਸਪੀਰੀਅੰਸ ਸੀਨੀਅਰ ਮੋਸਟ ਬੰਦੇ ਉਹਨਾਂ ਨੇ ਉਹ ਸ਼ਾਰਟ ਦੇ ਵਿੱਚ ਮੈਂ ਥੋੜ੍ਹੀ ਉਹਨਾਂ ਨੂੰ ਟਿਚਰ ਕਰ ਦਿੰਦਾ ਹੌਲਦਾਰ ਉਹ ਟਿਚਰ ਕਰਨ 'ਚ ਉਹ ਗੁੱਸੇ ਹੋ ਜਾਂਦੇ ਆ ਉਹ ਬਾਬੇ ਦੀਆਂ ਐਡੀਆਂ ਵੱਡੀਆਂ ਵੱਡੀਆਂ ਅੱਖਾਂ ਐਡੇ ਐਡੇ ਹੱਥ ਨਰੋਏ ਗਰਦਨ ਫੜ ਲਈ ਮੇਰੀ ਗਰਦਨ ਫੜ ਕੇ
क्लोज़ अप लाता उत्तों मनमोहन सिंह जी ने और एडा बड़ा टाइट क्लोज वो हाथ कटिया सलाखा के बिच गर्दन फड़ के इतने उंगलों कटतियाँ उंगलों कटिया तो उदों तो नवे बंद जोश भी बहुत होंगे ये अमरीश पुरी से मेरा गल घुट रहे जी बाबे बंदे मैं दूजे दिन जाके सवेरे जो नहा लगे ना मैं साबण ला के हाथ मरिया क्यों गया शीशा देखिया वो तेरी नीला होया गल मेरा घुट घुट के पहला मैंने दसो दोनों चो वकील कौन बने फिल्म च वकील हाँ ਕਿਤਾਬਾਂ ਤਾਂ ਰੱਖੀਆਂ ਜਿੱਦਾਂ ਨਾ ਵਕੀਲਾਂ ਦੀ ਫਿਲਮ ਹੁੰਦੀ ਹੈ ਮੈਂ ਆਹੋ ਇਹ ਕਹਿੰਦੇ ਰੱਖੀ ਸੱਚੀ ਸੱਚੀ ਸਹੀ ਗੱਲ ਹੈ ਜੀ ਤੁਸੀਂ ਵਕੀਲ ਦਾ ਕੰਮ ਕਰ ਰਹੇ ਹੋ ਮੈਂ ਦੱਸਦਾ ਭਾਜੀ ਸਰਪ੍ਰਾਈਜ਼ ਨਹੀਂ ਨਹੀਂ ਮੈਂ ਦੱਸਦਾ ਦੇਖ ਲਓ ਮੈਨੂੰ ਲੱਗਿਆ ਭਾਜੀ ਤੁਸੀਂ ਡਾਇਰੈਕਟਰ ਨੂੰ ਮੇਰੀ ਗੱਲ ਸੁਣੋ ਭਾਜੀ ਜਿਹੜੇ ਵਧੀਆ ਡਾਇਰੈਕਟਰ ਨੇ ਬੰਬੇ ਦੀ ਗੱਲ ਚੱਲ ਰਹੀ ਆ ਪੁਰਾਣੇ ਡਾਇਰੈਕਟਰ ਕਦੇ ਵੀ ਆਡੀਸ਼ਨ ਨਹੀਂ ਲੈਂਦੇ ਸੀ ਉਹ ਸਿਰਫ ਬੰਦੇ ਨਾਲ ਬੈਠਦੇ ਅੱਖਾਂ ਚੱਖਾਂ ਪਾਉਂਦੇ ਉਹਨਾਂ ਨਾਲ ਗੱਲਬਾਤ ਕਰਦੇ ਸੀ ਵੀ ਕਿੱਦਾਂ ਆਇਆ ਕਿੱਦਾਂ ਗਿਆ ਇਹਨੂੰ ਕੋਈ ਰੱਖਣਾ ਕਿ ਨਹੀਂ ਪਤਾ ਲੱਗ ਜਾਂਦਾ ਹਾਂਜੀ ਤੇ ਤੁਹਾਨੂੰ ਦੱਸਣ ਦੀ ਲੋੜ ਹੈ ਭਾਜੀ ਤੁਸੀਂ ਆਪ ਹੀ ਅੰਦਾਜ਼ਾ ਲਓ ਕਿਉਂ ਆਏ ਤਿੰਨ ਅਲੱਗ ਕਲਰ ਇਹ ਮੈਨੂੰ ਜੋ ਲੱਗ ਰਿਹਾ ਤੁਸੀਂ ਆਪ ਦੱਸੋਗੇ ਤਾਂ ਮੈਨੂੰ ਚੰਗਾ ਲੱਗੇਗਾ ਹੋਰ ਮੈਂ ਤਾਂ ਇਹ ਕਹਾਂਗਾ ਕਿ ਬਈ ਦੇਖੋ ਇਹ ਲੈਜੈਂਡਸ ਤੁਸੀਂ ਬੈਠੇ ਹੋ ਸਾਡੇ ਕੋਲ ਉਹ ਅੱਛਾ ਤੇ ਉਹਨੂੰ ਰਿਪ੍ਰੈਜ਼ੈਂਟ ਕਰ ਰਹੀ ਹੈ ਵਾਹ ਵਾਹ ਇੱਧਰ ਦੇਖੋ ਇਹ ਸਾਡੀ ਫਿਲਮ ਦੀ ਸਟਾਰ ਕਾਸਟ ਸਾਡੀ ਕੁਲਚੇ ਛੋਲੇ ਦੀ ਤੇ ਮੀਡੀਆ ਜਦ ਕਿ ਮੈਨੂੰ ਨਾ ਸਮਝੋ ਮੀਡੀਆ ਵਾਲਾ ਮੇਰੇ ਨਾਲ ਬੈਠਦਾ ਮੀਡੀਆ ਵਾਲਾ ਤੇ ਮੈਂ ਥੋੜਾ ਬਹੁਤ ਪੜ੍ਹਿਆ ਲਿਖਿਆ ਵਾਲਾ ਐਵੇਂ ਫੀਲਿੰਗ ਲੈ ਲੈਂਦਾ ਓਕੇ ਓਕੇ ਆਹ ਦੇਖੋ ਆ ਕੀ ਪਵਾਤਾ ਮਾਰਿਆ ਕੁੱਕੜ ਭਾਤ ਮੋਸ਼ੇ ਠੀਕ ਅੱਛਾ ਤੇ ਭਾਜੀ ਮੈਂ ਤੁਹਾਡੇ ਵੱਲ ਆਉਂਦਾ ਕਿਉਂਕਿ ਉਹ ਜਿਹੜੇ ਦੌਰ 'ਚ ਇਹ ਗਏ ਥੇ ਨਾ ਮੈਂ ਫਿਰ ਇਹ ਸ਼ਕਲ ਹਿੰਦੀ ਵਾਲੀ ਹਿੰਦੀ ਨਿਕਲ ਜਾਂਦੀ ਹੈ ਜਿਹੜੇ ਦੌਰ 'ਚ ਸੋਹੀ ਸਾਹਿਬ ਗਏ ਸੀ ਉਦੋਂ ਹਰ ਪੰਜਾਬੀ ਦਾ ਟਿਕਾਣਾ ਦੋ ਹੀ ਹੁੰਦਾ ਸੀ ਜਾਂ ਦਾਰਾ ਭਾਜੀ ਦਾ ਬੰਗਲਾ ਜਾਂ ਧਰਮ ਭਾਜੀ ਦਾ ਹਾਂਜੀ ਹੋਰ ਕਿਤੇ ਨਹੀਂ ਉੱਥੇ ਚੱਲਦੇ ਆ ਬਿਲਕੁਲ ਬਿਲਕੁਲ ਇੱਦਾਂ ਹੋਇਆ ਭਾਜੀ ਤੁਹਾਡੇ ਨਾਲ ਵੀ ਮੇਰੇ ਨਾਲ ਇੱਦਾਂ ਹੋਇਆ ਸੀ ਓਏ ਦੱਸੋ ਭਾਜੀ ਧਰਮਜੀ ਦੇ ਸਹੁਰੇ ਸਾਡੇ ਮੇਰਾ ਪਿੰਡ ਮਲੇਰਕੋਟਲਾ ਦੇ ਉੱਧਰ ਛਿਪਦੀ ਚਾ ਤੇ ਉਹਨਾਂ ਦਾ ਚੜ੍ਹਦੀ ਚਾ ਸਹੁਰੇ ਉਹਨਾਂ ਦੇ ਪਿੰਡ ਦਾ ਨਵਾਂ ਬਨਭੌਰਾ ਤੇ ਉਹ ਵੀ ਸੋਹੀ ਨੇ ਪ੍ਰਕਾਸ਼ ਕੌਰ ਹੋਣੀ ਉਹਨਾਂ ਦੇ ਸਹੁਰੇ ਸੋਹੀ ਨੇ ਸੋਹੀ ਹਾਂ ਉਹਨਾਂ ਨੂੰ ਭੂਆ ਜੀ ਵੀ ਕਿਹਾ ਕਈ ਵਾਰੀ ਤੇ ਹਾਂ ਉਹ ਮੇਰੇ ਮਾਮੇ ਦਾ ਦੋਸਤ ਸੀ ਇਹਨਾਂ ਦੇ ਸਾਲਾ ਸਾਹਿਬ ਨਿੱਕਾ ਸਿੰਘ ਨਾਂ ਸੀ ਉਹਨਾਂ ਦਾ ਉਹ ਨਿੱਕਾ ਸਿੰਘ ਦਾ ਬੇਟਾ ਸੀ ਜਵਾਨ ਮੇਰੇ ਵਾਂਗੂ ਉਹ ਵੀ ਮੁੰਡਾ ਭੂਰੇ ਜੇ ਵਾਲ ਬੜਾ ਸੋਹਣਾ ਸੁਨੱਖਾ ਸੀ ਉਹਨੇ ਵੀ ਟਰਾਈ ਜੀ ਮਾਰੀ ਹੀਰੋ ਹੀਰੋ ਬਣਦੀ ਅਸੀਂ ਮਾਮੇ ਨੇ ਉਹਨਾਂ ਨਾਲ ਜਾਣ ਪਛਾਣ ਕਰਤੀ ਜਾਣ ਪਛਾਣ ਕਰੀ ਟਿਕਟ ਲਿਆ ਫਰੰਟੀਅਰ ਮੇਲ ਦਾ ਜਿਹੜੀ ਹੁਣ ਗੋਲਡਨ ਟੈਂਪਲ ਹੈ ਫਰੰਟੀਅਰ ਮੇਲ ਟਿਕਟ ਲੈ ਕੇ ਗੱਡੀ 'ਚ ਬੈਠੇ ਸਿੱਧੇ ਜਾ ਕੇ ਬੰਬੇ ਉੱਥੋਂ ਟੈਕਸੀ ਫੜੀ ਧਰਮਜੀ ਦੇ ਬੰਗਲੇ ਦੇ ਸਾਹਮਣੇ ਰੁਕੀ ਉੱਪਰ ਚੜ੍ਹੇ ਧਰਮਜੀ ਨੇ ਰੇਸ਼ਮੀ ਲੂੰਗੀ ਪਾਈ ਹੋਈ ਰੇਸ਼ਮੀ ਕੁੜਤਾ ਪਾਇਆ ਹੋਇਆ ਫੈਮਿਲੀ ਨਾਲ ਬੈਠੇ ਤਾਸ਼ ਖੇਡ ਰਹੇ ਆ ਤੇ ਗਏ ਐਂ ਗੋਡੇ ਵਾਲ ਹੱਥ ਜੇ ਕਰਕੇ ਦੇਖ ਕੇ ਬਹਿ ਗਿਆ ਮੈਨੂੰ ਤਾਂ ਐਂ ਲੱਗੀ ਜਾਵੇ ਯਾਰ ਮੈਂ ਤਾਂ ਰੱਬ ਦੇ ਸਾਹਮਣੇ ਬੈਠਾ ਐਡਾ ਖੂਬਸੂਰਤ ਬੰਦਾ ਜ਼ਿੰਦਗੀ 'ਚ ਪਹਿਲੀ ਵਾਰੀ ਦਰਸ਼ਨ ਕੀਤੇ ਵਿਸ਼ਵਾਸ ਹੀ ਨਾ ਹੋਵੇ ਵੀ ਯਾਰ ਮੈਂ ਧਰਮਜੀਤ ਸਾਹਮਣੇ ਬੈਠਾ ਕਿ ਗ੍ਰੀਕ ਦੇ ਗੋਡ ਦੇ ਸਾਹਮਣੇ ਬੈਠਾ ਓਏ ਹੋਏ ਹੋਏ ਗੋਡ ਆਫ ਗ੍ਰੀਕ ਖਿਤਾਬ ਦਿੱਤਾ ਗਾ ਉਹਨਾਂ ਨੂੰ ਬਹੁਤ ਗ੍ਰੀਕ ਗੋਡ ਬਹੁਤ ਹੈਂਡਸਮ ਦਸ ਹੈਂਡਸਮ ਬਹੁਤ ਹੈਂਡਸਮ ਕਿਹੜੀ ਹੀਰੋ ਨੇ ਜਿਹਨੇ ਉਹਨਾਂ ਨੂੰ ਦਿਲ ਨਹੀਂ ਦਿੱਤਾ ਤੇ ਤੁਹਾਡਾ ਮੈਂ ਭਾਜੀ ਰੋਲ ਮਾਡਲ ਕਿਹਨੂੰ ਮੰਨਦਾ ਦੇਖੋ ਜੀ ਮੈਂ ਤਾਂ ਹੁਣ ਰੋਲ ਮਾਡਲ ਤਾਂ ਮੇਰੇ ਜਿਹੜੇ ਉਸਤਾਦ ਮੇਰੇ ਜਿਨ੍ਹਾਂ ਦਾ ਨਾਮ ਲੈ ਰਹੇ ਗੁਰਪ੍ਰੀਤ ਘੋਗੀ ਭਾਜੀ ਘੋਗੀ ਭਾਜੀ ਮੇਰੇ ਉਸਤਾਦ ਨੇ ਜੀ ਉਹ ਤੇ ਮੈਂ ਕੀ ਕਹਾਂ ਉਹਨਾਂ ਬਾਰੇ ਹੁਣ ਉਹਨਾਂ ਬਾਰੇ ਸਾਰਾ ਜੱਗ ਜਾਣਦਾ ਜੀ ਤੇ ਜੇ ਤੁਸੀਂ ਦੂਰਦਰਸ਼ਨ ਦੇ ਪੁਰਾਣੇ ਕਿਤੇ ਸੀਰੀਅਲ ਕੱਢ ਕੇ ਦੇਖੋ ਤੇ ਐਕਟਰ ਬੜੇ ਜ਼ਬਰਦਸਤ ਨੇ ਹਾਂ ਮੈਂ ਰੋਲ ਕਰਦਾ ਹੁੰਦਾ ਸੀ ਮੇਰੇ ਵਾਲ ਹੁੰਦੇ ਸੀ ਪੂਰੇ ਉਦੋਂ ਰੋਲ ਤਾਂ ਇੱਦਾਂ ਕਹਿੰਦੇ ਨਹੀਂ ਤੁਸੀਂ ਕਰਦੇ ਹੁੰਦੇ ਸੀ ਨਹੀਂ ਨਹੀਂ ਮੈਂ ਹੀ ਕਰਦਾ ਹੁੰਦਾ ਸੀ ਯਾਨੀ ਕਿ ਵਾਲਾਂ ਦੀ ਤਰੀਫ ਬਹੁਤ ਕੀਤੀ ਹੈ ਮੇਰੇ ਮੈਂ ਕੋਈ 50 ਸੀਰੀਅਲ ਕੀਤੇ ਮੇਰੇ ਖਿਆਲ ਨਾਲ ਦੂਰਦਰਸ਼ਨ ਤੇ ਮੈਨੂੰ ਥੋੜੇ ਬਹੁਤ ਲੋਕੀ ਬੱਸਾਂ 'ਚ ਬੈਠੇ ਤਾਂ ਪਛਾਣ ਲੈਂਦੇ ਸੀ ਅੱਛਾ ਐਕਟਰ ਮਤਲਬ ਉਦੋਂ ਹਾਂ ਜੋ ਚੈਂਪੀਅਨ ਬੁਲਾ ਰਹਾ ਇੱਕ ਵਾਰੀ ਮੈਂ ਜਾਣ ਡਿਆ ਨਵਾਂ ਸੀਰੀਅਲ ਸ਼ੁਰੂ ਹੋਇਆ ਸੀ ਮੇਰਾ ਤੇ ਹੁਣ ਸ਼ੁਰੂ ਤੋਂ ਹੀ ਅਸੀਂ ਇੱਦਾਂ ਹੀ ਹਾਂ ਤੁਹਾਨੂੰ ਪਤਾ ਹੀ ਹੈ ਵੀ ਮੈਂ ਨਾ ਅੰਮ੍ਰਿਤਸਰ ਬੱਸ 'ਚ ਬੈਠਾ ਤੇ ਇੱਕ ਬੰਦਾ ਥੱਲੇ ਉਹਦਾ ਬਾਰੀ 'ਚ ਦੇਖ ਕੇ ਮੈਨੂੰ ਕਹਿੰਦਾ ਭਾਈ ਤੁਸੀਂ ਟੀਵੀ ਚਾਹੁੰਦੇ ਹੈ ਮੈਂ ਬਾਰੀ 'ਚ ਥੋੜ੍ਹੇ ਐਂ ਹੋ ਕੇ ਬਹਿ ਗਿਆ ਮੈਂ ਕਿਹਾ ਹਾਂ ਕਹਿੰਦਾ ਆਪਾਂ ਹੀ ਬੱਸ 'ਚ ਘੁੰਮਦੇ ਕਹਿੰਦਾ ਤੁਹਾਡੇ ਨਾਲ ਹੋਇਆ ਨਾ ਭਾਅ ਜੀ ਬੱਸ 'ਚ ਤੁਸੀਂ ਮੇਰੇ ਨਾਲ ਸੇਮ ਹੋਇਆ ਕਿਉਂਕਿ ਮੈਂ ਇੱਕ ਸ਼ੋਅ ਜਿੱਤਿਆ ਸੀ ਅਤੇ ਮੈਂ ਬੱਸ ਜਾਂਦੇ ਬੱਸ ਜਾਣੇ ਪੈਸੇ ਤਾਂ ਹੈ ਨਹੀਂ ਗੱਡੀ ਹੈ ਨਹੀਂ ਸੀ ਅਤੇ ਮੈਂ ਰੁਮਾਲ ਬੰਨ ਲਿਆ ਉਦੋਂ ਮੈਂ ਰੁਮਾਲ ਬੰਨਣਾ ਭੁੱਲ ਗਿਆ ਅਤੇ ਮੈਂ ਇੱਦਾਂ ਬੈਠਾ ਅਤੇ ਇੱਕ ਬੰਦੇ ਨੇ ਕੋਈ ਪਛਾਣਿਆ ਹੈਲੋ ਭਾਅ ਜੀ ਮਿੱਤਰਵਾਸ ਜਸਵੰਤ ਲਗਾ ਭਾਅ ਜੀ ਤੁਸੀਂ ਬੱਸ 'ਚ ਅਤੇ ਮੈਂ ਕਿਹਾ ਵੀਰੇ ਉਹ ਯਾਰ ਗੱਡੀ ਖਤਮ ਉਹ ਖਰਾਬ ਹੋ ਗਈ ਪਿੱਛੇ ਅਤੇ ਮੈਂ ਉਹ ਹਵੇਲੀ ਮੇਰਾ ਸ਼ੋਅ ਸੀ ਮੈਂ ਕਿਹਾ ਬੱਸ ਫੜ ਲੈਣ ਨਾਲੇ ਮੈਟਰ ਮਿਲਦਾ ਉਹ ਵਧੀਆ ਭਾਅ ਜੀ
अगले हफ्ते फिर जा रहे हर शनिवार जाता जी मैं हवेली शो कर फिर मैं जा रहा उदन उ बंदा फिर खड़ा कहता भाजी अभी फिर पेंचर हूँ तक ती मत थोनू डेढ़ दहाका तो हो ही गया होना इस फील्ड दे विच हाँ जी भाजी ते जे तुसी मैनू एक सलाह देनी चाहो बींग अ डायरैक्टर बींग अ आर्टिस्ट है ना जी एक्टर दे बतौर भी किसी भी ला लो चाहे टीचर दे है ना एक सलाह एक निचोड़ देना चाहो कि जे इस इंडस्ट्री च सर्वाइव करना है तो एक एक थोड़े मुताबिक केड़ी ओह चीज़ है जिहड़ी मेरे बहुत काम आऊगी तो थोड़ा वह निचोड़ कढ़िया होया मैं निचोड़ भाजी इन्हां दा कढ़न दे वैसे काबिल नहीं हैगा सोई साहब साडे सीनियर बंदे बैठे ने जी और मैं तुहानूं की दसां भी तुसीं किद्दां तुसीं वड्डे हो लेकिन भाजी मैं निचोड़ दी तां गल नहीं लेकिन तुहाडा जिहड़ा कॉन्फिडेंस लैवल है आई लाइक इट थैंक यू सो मच मैनूं सब तों वधिया चीज़ ही इह लगी तुहाडे च वी कॉन्फिडेंस लैवल और नॉलेज है ना एक एक्टर दे नाल नाल ना एक नॉलेज क्या बात जे बंदे नूं होवे ना तो बंदा बहुत ज्यादा एक होंदा पढ़िया एक होंदा लिखिया एक होंदा गुड़िया तो बंदा गुड़ जांदा मेरे ख्याल में ते तुहाडे च भाजी कॉन्फिडेंस मैनूं नज़र आ रहा और परमात्मा करे आ जोड़ी अगे साढ़े बैठी है कुलचे छोले की इन्नी क हिट जोड़ी साबित हो मेरी यही दुआ है जी परमात्मा इस 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 सब तो वड्डा गिफ्ट है हाले तक एडी एडी सोहनी दुआ साडा भरावां दा रिश्ता उन्होंने गल बहुत वधिया की कॉन्फिडेंस तो उहदे नाल उहनूं संभालना भी हुंदा भाजी तुसीं उह दसो उह कॉन्फिडेंस दा जदों कहता बशेर नूं तोड़ता तो क्योंकि ये वो इंसान बैठे ने सरदार साहब 1975 जिन्हें हरपाल टिवाणा साहब ने थिएटर शुरू किया जो बाबा बोर्ड उस तो बाद उ डायरैक्टर बने बाद 1983 राइट लौंग द लिशकारा पहली फिल्म सेम थिएटर का डायरैक्टर तो सेम फिल्म का ठीक है भाजी वो 8 साल लग गए एक छोटा जा रोल से थोड़ा वो थिएटर तो उस तो बाद फिर बॉम्बे फिर लंबा सफर ए मैं एको चीज़ निकल के आँगी बाकी तुम दस्यो कि पेशेंस पेशेंस जड़ी है पेशेंस पेशेंस तो अलावा तुसी दसो कुछ और ऐड ऑन करना चाहते बाबा जी भी कहेगी गुरबाणी सहज पके सो मीठा होए सहजता नाल चलो काल ना करो और उपर वाले ते भरोसा रखो जी तुहाडी मेहनत दा फल तुहानू लाजमी मिलेगा और इन्होंने मैनू अपने पापा दा नाम दस्या बहुत वड्डे जीनियस बंदे दे पुत्र ने कुलवंत सिंह दे तो बाबा जी ने मैं मेरे उस्ताद जी हरपाल टिवाणा साहब ने मिलता रहा तो झलक आँदी है उन्होंने जो तुम बोलते हो गल कर कॉन्फिडेंस लैवल जरा वो लाजमी है बाप बोलता है तुहाडे च क्या है? बात है गिरवाल साहब बोल रहे ने तुहाडे च तो बहुत वधिया बहुत वधिया ये तो बड़ा आशीर्वाद मैं कहना हो ही नहीं सकता ये जी मैं आप सोई भाई सर ग्रोवर साहब मैं आप 30 दिन बिताए आ आप हमेशा देख फिल्मों की शूटिंग करते हैं जो पहला कहें भाई हूँ अज तो बाद मुड़ के शूटिंग जो खत्म होती है फिर मुड़ के फॉलो अनफॉलो ही होंगे वट्सअप ये बंदा वो है वाकई मैं कहना इमोशंस दो है जिंदगी एक हस के भी अखा च पानी आ जाना एक रो के अखा च पानी इतों बड़े इमोशन नहीं है अं दोवें बिताए असं कट्ठे बह के रोए भी हैं बैंडेज हसे भी हैं तो मैं इन्ना क बरीक ना जानता कि यह बंदा बहुत प्यारा दिल का माँ बाप का सत्कार करने वाला तो मैंने लगता नहीं इदा का बंदा कदम भटकेगा बाकी सोहनी हीरोइन तो मिल ही गई है लोगों को 20-40 फिल्म करने तो बाद भी जन्नत नसीम जी ने पहली फिल्म जन्नत मिल गई ग्रोवर भाई की देखो पूरी घुग्गी भाई ना ट्रैक है पूरी जिंदगी कॉमेडी के नाल ह्यूमर के नाल तजर्बा इन्हों तो जी पहली फिल्म इन्हों की सिनेमा च आई सानू मनजीत सिंह एकदम सीरीयस लीक तो हट के है ना ये बड़ा वड्डा एक बार ताड़ियाँ भाजी वास्ते क्योंकि हर बंदा एक कॉमेडी के मास्टर आ जिन्ना आप जानते हैं बट इन्होंने जो अपना सफर शुरू किया सानू मंजी उदा आप कहने ना यार फिल्म लीक तो हटके नहीं बनदियाँ मुड़ के यूट्यूब कमेंट करते वैरी गुड सिनेमे कोई देख नहीं जाता भाजी तुम अपने मूँह कही फ्लॉप नहीं भाजी रेटिंग वाला हिसाब लाया बट तुम ये माड़ा जहा दसो एड ऑन करो भी तुम की सोचते हो इन चंकी फिल्म बनी ठीक है एप्रीशिएट भी हुई है फिर वो कमरशियली कितने ना कि कितने देखो कमर्शियली तो ही गल जिदा पत्रकार साहब अपने बैठे थे वो करके गए हर किसी का टेस्ट आ अपना अपना है ना जी हूँ मैंने पता जो ये फिल्म बन रही थी जो असी बनानी शुरू की है ना कपिल शर्मा सब जानते हैं है ना घुग्गी भाजी है ना असी एक फिल्म सोच के इदा नहीं बनाई सी भी असी पैसे कमाने सुनने वाली गल फिर साढ़े नाल जुड़िया 7 कलर मोशन पिक्चर सुमित जी सागा म्यूजिक और सुमित जी नूं मैं जदों फिल्म अद्धी दिखाई सी भाजी कहिंदे डन कहिंदे मैनूं इहदे उपर जिन्ना पैसा लगता मैं नाल हाँ ये फिल्म आपां ऑडियंस नूं दिखाउणी आ
कपिल शर्मा की यही वर्डिंग सी कहिंदा पैसे कमाने लई सारे लोग फिल्मां बनांदे सुमित जी भी यह वर्डिंग सी और घुग्गी भाई की यह वर्डिंग सी कहिंदे ग्रोवर आपां एक दिखाना चाहते हैं एक सिनेमा पता नहीं दिखा होया कि नहीं होया वह अलग गल आ लेकिन असीं प्रयास बहुत अच्छा किया अपने ते कुगी पाई वास्ते जोरदार ताड़ियां जिन्हां ने हसांदे हसांदे सिनेमे ते रुआ भी दित्ता ही दुनिया बिल्कुल 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 ओ क्या लंबी उम्र है यार जिन्हां नाल फोन आ गया उन्हां दा किहदा कुगी भाई दा लख लख क्या बात हां जी भाजी पैरी पैना जी हां जी हां जी ठीक है भाजी मैं बस इत्थे शूटिंग ते सीगा हां जी ग्रोवर भाजी हां जी सामने ही है भाजी नाल ही मेरे हां जी भाई तुहाडा फोन बंद है दिनेश को पड़ाया बार अच्छा अच्छा भाजी वो फोन बाहर है किसी को स्पीक अच्छा भाजी स्पीकर तेरा आने लगा भाजी गाल भाजी पैरी पहने जी विकी की हाल है यार तेरा बहुत बढ़िया जी अपना सुनाओ तो बंदा बन यार फोन नहीं चकन डे बेचता नहीं भाजी वो बेचे नहीं जी बाहर दिनेश को भाजी ये तो फिर आडोन वाली गल हो गई ना विकी यार गल भुल गया यार उस दिन नहीं नहीं सर मैं इतने इंटरव्यू च बैठा जी इंटरव्यू कर रहे हैं एक एक मिनट भाजी ਭਾਜੀ ਵਿੱਕੀ ਨੇ ਉਹ ਲੈਜੈਂਡ ਬਣਾ ਕੇ ਬਣ ਕੇ ਆਏ ਗਰੋਵਰ ਸਾਹਿਬ ਭਾਜੀ ਇੱਥੇ ਥੋੜੀ ਇੱਜ਼ਤ ਆ ਮੇਰੀ ਓਹ ਮੈਂ ਗਰੋਵਰ ਸਾਹਿਬ ਵਾਸਤੇ ਜ਼ੋਰਦਾਰ ਤਾੜੀਆਂ ਮਹਾਰਾਜ ਇਹ ਉਹ ਮਾਨਾਜ਼ ਡਾਇਰੈਕਟਰ ਨੇ ਪੰਜਾਬੀ ਇੰਡਸਟਰੀ ਦੇ ਜਿਨ੍ਹਾਂ ਨੇ ਇਹ ਸਾਬਿਤ ਕੀਤਾ ਕਿ ਇਹ ਕਮੇਡੀਅਨ ਰੁਆ ਵੀ ਸਕਦਾ ਅਤੇ ਇੱਕ ਵਾਰ ਜ਼ੋਰਦਾਰ ਤਾੜੀਆਂ ਕਿ ਅੱਗੇ ਵੀ ਮੌਕਾ ਗਰੋਵਰ ਸਾਹਿਬ ਪਾਰਟ 2 ਬਣਾ ਲਈ ਮੈਨੂੰ ਮੀਟਿੰਗ ਕਰੋ ਅਤੇ ਕੁਲਚੇ ਛੋਲੇ ਵਗੈਰਾ ਬਹੁਤ ਬਹੁਤ ਸ਼ੁਭਕਾਮਨਾਵਾਂ ਦਿਲਰਾਜ ਅਤੇ ਜੰਨਤ ਨੂੰ ਗਰੋਵਰ ਮਿਲ ਮੈਨੂੰ ਆ ਕੇ ਠੀਕ ਹੈ ਮੈਂ ਗੁਰਦੇਵ ਮੈਂ ਹੁਣੇ ਆਇਆ ਜੀ ਮੈਂ ਇੰਟਰਵਿਊ ਖਤਮ ਹੁੰਦੇ ਗੋਡ ਬਲੈਸ ਯੂ ਸੋ ਨਾਈਸ ਆਫ ਯੂ ਰਾਜਾ ਸੋ ਨਾਈਸ ਕਿਆ ਬਾਤ ਥੈਂਕ ਯੂ ਭਾਜੀ ਭਾਜੀ ਦੀ ਕਿੰਨੀ ਅੱਛੀ ਮਮਿਕਰੀ ਜਸਵੰਤ ਨੇ ਕੀਤੀ ਜਸਵੰਤ ਵੈਰੀ ਗੁੱਡ ਯਾਰ ਇਸ ਗੱਲੋਂ ਮੈਂ ਤੇਰਾ ਫੈਨ ਸੋ ਘੁੱਗੀ ਭਾਈ ਦਾ ਨਾਂ ਲੈਂਦੇ ਹੋ ਦੁਨੀਆ ਦੇ ਸਾਰੇ ਉਸਤਾਦਾਂ ਦੇ ਚਰਨਾਂ 'ਚ ਪ੍ਰਣਾਮ ਸਾਹਮਣੇ ਉਸਤਾਦਾਂ ਦੇ ਚਰਨਾਂ 'ਚ ਪ੍ਰਣਾਮ ਜਿਨ੍ਹਾਂ ਨੇ ਇੱਥੇ ਆ ਕੇ ਸ਼ਿਰਕਤ ਕੀਤੀ ਅਤੇ ਸਾਨੂੰ ਆਪਣੇ ਤਜਰਬੇ ਸਾਂਝੇ ਕੀਤੇ ਸਿੱਖਣ ਦਾ ਮੌਕਾ ਮਿਲਿਆ ਸੇ ਭਾਅ ਜੀ ਮਾਹੌਲ ਚੁਰ ਚੁਰ ਗੱਲਾਂ ਵਿਦ ਲੈਜੈਂਡਸ ਦੇ ਨਾਲ ਥੋੜ੍ਹਾ ਮਿਊਜ਼ੀਕਲ ਦਾ ਮਾਹੌਲ ਬਣਾਉਂਦੇ ਹਾਂ ਅਤੇ ਬੜੀ ਪਿਆਰੀ ਗਾਇਕਾ ਜਿਨ੍ਹਾਂ ਨੇ ਸਾਡੀ ਫਿਲਮ 'ਚ ਵੀ ਗਾਇਆ ਕੁਲਚੇ ਛੋਲੇ 'ਚ ਅੱਛਾ ਜੀ ਹਾਂ ਕਰਾਓ ਦਰਸ਼ਨ ਤੁਸੀਂ ਕਨਫਿਊਜ਼ ਹੋ ਜਾਓਗੇ ਵੀ ਉਹ ਗਾਂਧੀ ਸੋਹਣਾ ਕਿ ਖੁਦ ਸੋਹਣੀ ਆ ਅੱਛਾ ਜੀ ਹਾਂ ਹੈ ਨਾ ਅਤੇ ਮੈਂ ਦਾਵਤ ਦਿੰਦਾ ਜੀ ਸਿਮਰ ਸੇਠੀ ਜੀ ਨੂੰ ਪਲੀਜ਼ ਵੈਲਕਮ ਤੇ ਆਪਾਂ ਜਿਹੜੇ ਲੈਜੈਂਡਸ ਆ ਇਹਨਾਂ ਨੇ ਸਾਨੂੰ ਬਹੁਤ ਵਕਤ ਦਿੱਤਾ ਆਪਾਂ ਇਹਨਾਂ ਨੂੰ ਹੋਰ ਵੀ ਰੁਝੇਵੇਂ ਆ ਇਹਨਾਂ ਨੂੰ ਵਿਦਾ ਵੀ ਕਰਨਾ ਤੇ ਪਰ ਜਾਣ ਤੋਂ ਪਹਿਲਾਂ ਟੋਕੋ ਨਾਲ ਲਫ਼ਤ ਦੇਣਾ ਉਸ ਤੋਂ ਪਹਿਲਾਂ ਮਿੱਠੀ ਮਿੱਠੀ ਆਵਾਜ਼ ਨਾਲ ਮੈਂ ਦੋ ਕੁ ਲਾਈਨਾਂ ਸੁਣਾ ਦਿੰਦੀ ਜ਼ਰੂਰ ਜੀ ਜ਼ਰੂਰ ਮੂਵੀ 'ਚ ਮੇਰਾ ਸੌਂਗ ਹੈ ਅਤੇ ਇਹਨਾਂ ਨਾਲ ਡੁਇਟ ਵੀ ਹੈ ਉਹ ਵੀ ਆਪਾਂ ਇਕੱਠਿਆਂ ਨੇ ਜ਼ਰੂਰ ਸੁਣਾਵਾਂਗੇ ਮੈਂ ਕਿਹਾ ਜੀ ਮਜ਼ਾ ਆ ਜਾਏਗਾ ਸੋਨੇ ਉੱਪਰ ਸੁਹਾਗਾ ਹੋ ਜਾਏਗਾ ਰੋਂਦੇ ਹੋਏ ਦਿਲ ਨੂੰ ਵਰਾਇਆ ਕਈ ਵਾਰੀ ਅਸੀਂ ਤੇਰੇ ਪੁੱਲ ਨੂੰ ਭੁਲਾਇਆ ਕਈ ਵਾਰੀ ਰੋਂਦੇ ਹੋਏ ਦਿਲ ਨੂੰ ਵਰਾਇਆ ਕਈ ਵਾਰੀ ਅਸੀਂ ਤੇਰੇ ਪੁੱਲ ਨੂੰ ਭੁਲਾਇਆ ਕਈ ਵਾਰੀ ਭੁਲਾਇਆ ਕਈ ਵਾਰੀ ਤੂੰ ਤੋੜ ਨਾ ਸਿੱਖਿਆ ਦਿਲ ਨੂੰ ਸੀ ਅਸੀਂ ਤਿੜਕੇ ਨੂੰ ਸਮਝੋ ਦਰ ਤੂੰ ਆਪਣਾ ਫਰਜ਼ ਨਿਭਾਉਂਦਾ ਰਾ ਸੀ ਆਪਣਾ ਫਰਜ਼ ਨਿਭਾਉਂਦੇ ਰੇ ਤੂੰ ਆਪਣਾ ਫਰਜ਼ ਨਿਭਾਉਂਦਾ ਰਾ ਅਸੀਂ ਆਪਣਾ ਫਰਜ਼ ਨਿਭਾਉਂਦੇ ਰੇ ਸਵਾਗਤ ਕੀਤਾ ਤੈਨੂੰ ਮੱਕੀ ਦੀ ਰੋਟੀ ਸਰੋਂ ਦਾ ਸਾਗ ਮਿਲਿਆ ਨਾ ਜਦੋਂ ਅਸੀਂ ਬੰਬੇ ਗਏ ਸਾਨੂੰ ਧੱਕੇ ਦੀ ਰੋਟੀ ਪਰਸੋਂ ਦਾ ਸਾਗ ਮਿਲਿਆ ਸੀ ਹੁਣ ਤਾਂ ਪੰਜਾਬ ਇਹਦਾ ਹੀ ਹੈ ਐਸਾ ਵੀ ਨਹੀਂ ਹੈ ਆਓ ਕਦੇ ਤੁਸੀਂ ਵਾਹ ਯਾਰ ਦੱਸ ਦੱਸ ਮੈਂ ਤਾਂ ਦੇਖੋ ਜੀ ਅਪੀਲ ਕਰਾਂਗਾ ਆਡੀਅੰਸ ਨੂੰ ਜੀ ਕਿ ਤੁਸੀਂ ਜਿੱਦਾਂ ਇੱਕ ਹਰ ਵਧੀਆ ਫਿਲਮ ਨੂੰ ਪਿਆਰ ਦਿੰਦੇ ਹੋ ਅਤੇ ਜਿਸ ਤੱਕ ਮੇਰੀ ਨੌਲੇਜ ਆ ਜੋ ਮੈਂ ਸਕ੍ਰਿਪਟ ਬਾਰੇ ਸੁਣਿਆ ਜੋ ਮੈਂ ਸਕ੍ਰਿਪਟ ਸੁਣੀ ਆ ਫਿਲਮ ਦੀ ਮੈਨੂੰ ਉਦੋਂ ਤੋਂ ਹੀ ਮੈਂ ਬੜਾ ਚਾਹ ਆਉਣਾ ਇਹ ਫਿਲਮ ਦੇਖਣ ਦਾ ਵੀ ਇਹ ਫਿਲਮ ਮੈਂ ਦੇਖਾਂ ਕਦੋਂ ਦੇਖਾਂ ਜੀ ਅਤੇ ਮੈਨੂੰ ਤਾਂ ਉਡੀਕ ਰਹੇਗੀ ਇਹ ਫਿਲਮ ਦੀ
और मैं वधाइया देना जी सागा यूनिसिस नू, सुमित जी नू, दिलराज जी नू, जन्नत जी नू, मेरा भरा जसवंत राठौर, सिमर सेठी है ना जी, मैं टीम साढ़े सामने बैठी है, सोही साहब अगे मैं बोलता चंगा नहीं लगता ज्यादा, मेरे वालों बहुत बहुत शुभकामना और मैं ऑडियंस नू अपील करांगा जी कुलचे छोले जरूर खाने हैं कितने सिनेमे च बह के है ठीक है जी। प्यारे दर्शकों तुहानू अपील करदा जी कि कुलचे छोले देखो स्वाद बहुत दिंदे ढिड भी भरदे आ उसी तरह जिहड़ी फिल्म है ना वो थोड़े अंदर नू भरू हाय हाय लड़ फड़ के वेखने जो हाथ पाए गने तेरे हाय कदे कदे इंज लगे नी ए ता तुरों ही हुए ने नंद मेरे हाय एक हाथ जिंद रखूंगा हाय एक हाथ जिंद रखूंगा दूजे हाथ च रखूंगा चा सारे जे सुपने च आके दसदा हाय गल सामने नी होनी मुटियारे अपनी मैं रू वेखनी तेरी अखां चो सणखिए नारे हाय अपनी मैं रू वेखनी हौसला वधांदे सोनिया कड़ा पाया जो सोने दा हथ तेरे मैनू पता पूरे करेगा चक्की फिर दे हथा ते जा मेरे एक तू अम्मी दा चन्ना हाय एक तू अम्मी दा चन्ना दूजा मेरिया अखा दा तू तारा वाह जी वाह क्या बात मैं वेखला मैं सामने खड़ी क्या बात जी पर के तू वेख ले वे आरा वेख के तू पग बन ले अखिया चो सुन के आरा राज ओ सच रही गया हाँ जी ओ गली गली बच हर कोई बोले देखन आयो कुलचे छोले देखे खायो कुलचे छोले पा सो जी मैं दावा देन जा रहा पंजाबी सिनेमा के माण मत्ते लेखक ते फिल्म निर्देशक सरदार अमरदीप सिंह गिल साहब मेरा जो मुख टीचा है वो हिंदी फिल्म बनाने जी जी तो मैं इस गलते ही बाबा जी की मेहर न मतलब इस गलते ही मैं जो आत्म विश्वास है कि जो बंदा कोई मेरे तो सुनूगा मेरी फिल्म हिंदी तो वह मैनू ही ये कहूगा कि तुम आप ही बनाओ इस करके क्योंकि